ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਸਾਰੇ ਨਗਰ ਖੇੜੇ 'ਚ ਸੁੱਖ ਰੱਖੀ। ਤੁਸੀਂ ਵੀ ਕਦੇ ਪਾਠ ਕਰ ਲਿਆ ਕਰੋ, ਸਾਰਾ ਦਿਨ ਕੰਨਾਂ 'ਚ ਲਾਈ ਰੱਖਦੇ ਹੋ। ਦੇਖੋ ਬਈ, ਆਪਾਂ ਤਾਂ ਸਾਰਾ ਦਿਨ ਬਾਈ ਸਿੱਧੂ ਮੂਸੇ ਵਾਲਾ ਸੁਣਦੇ ਹਾਂ, ਅਗਲਾ ਪਿਛਲਾ ਕੋਈ ਯਾਦ ਨਹੀਂ ਰਹਿੰਦਾ। ਨਾਲੇ ਨਗਰ ਖੇੜੇ ਦੀਆਂ ਸੁੱਖਾਂ ਤੁਸੀਂ ਮੰਗ ਹੀ ਲੈਂਦੇ ਹੋ। ਜੇ ਤੁਹਾਨੂੰ ਇਹ ਲੱਗਦਾ ਕਿ ਰੱਬ ਤੁਹਾਡੀ ਅਰਦਾਸ ਨੂੰ ਸੁਣਦਾ, ਕਦੇ ਆਪਦੇ ਲਈ ਵੀ ਕੁਛ ਮੰਗ ਲਿਆ ਕਰੋ ਬਾਬਿਓ। ਅਸੀਂ ਵੀ ਨਗਰ ਖੇੜੇ ਦੇ ਵਿੱਚ ਹੀ ਆਉਂਦੇ ਹਾਂ, ਤੇ ਹਾਂ, ਜੇ ਆਪਾਂ ਰੱਬ ਤੋਂ ਐ ਅਰਦਾਸਾਂ ਆਪਦੇ ਲਈ ਕਰਨ ਲੱਗ ਜਾਈਏ ਨਾ, ਰੱਬ ਨੂੰ ਲੱਗਣਾ ਆਪਾਂ ਲਾਲਚੀ ਬੰਦੇ ਆ। ਓ ਚੰਗਾ ਬਾਬਿਓ, ਗਲਤੀ ਹੋ ਗਈ, ਲੈ ਮਾਫ਼ ਕਰ ਦਿਓ। ਤੇ ਫੇਰ ਇਹ ਮਾਫ਼ੀ ਪਹਿਲਾਂ ਹੀ ਮੰਗ ਲੈਣੀ ਸੀ, ਇਹਨਾਂ ਟਾਈਮ ਕਿਉਂ ਵੇਸਟ ਕੀਤਾ? ਲੈ, ਟਾਈਮ ਤੋਂ ਯਾਦ ਆਇਆ, ਤੁਹਾਡਾ ਸਕੂਲ ਚ ਪਹਿਲਾ ਦਿਨ ਹੈ। ਚਲੋ ਹੋ ਤਿਆਰ ਜਲਦੀ। ਚਲੋ ਮਰੋ, ਜਾਂਦੀ ਜਾਂਦੀ ਪਾਪੇ ਦਾ ਪਰਨਾ ਫੜਾ ਜੀ ਯਾਰ ਨਾਲ। ਕੋਈ ਨਾ, ਫੜਾ ਜੂੰਗੀ। ਕਿਤੇ ਖੁਸ਼ਬੂ ਤਿਆਰ ਵੀ ਨਾ ਹੋ ਗਈ ਹੋਵੇ ਪਹਿਲਾਂ ਹੀ। ਖੁਸ਼ਬੂ ਤਿਆਰ ਹੋ ਗਈ? ਆਜਾ ਆਜਾ ਮਰੋ, ਬਸ ਹੋ ਹੀ ਜਾਂਦੀ ਆ। ਮਰੋ, ਲੱਗਦਾ ਨਵੀਂ ਵਰਦੀ ਸੀ। ਕੱਚਾ ਖੁਸ਼ਬੂ ਤੇ ਪੱਕਾ ਖੁਸ਼ਵਿੰਦਰ ਕੌਰ, ਤੇ ਮੇਰਾ ਵੇਖ ਕੱਚਾ ਕਲੈਣੀ ਤੇ ਪੱਕਾ ਮਰੋ। ਮੇਰੀ ਮਾਂ ਦੱਸਦੀ ਹੁੰਦੀ ਹੈ, ਉਹਨਾਂ ਨੇ ਮੇਰਾ ਨਾਮ ਜਨਮ ਤੋਂ ਪਹਿਲਾਂ ਹੀ ਸੋਚ ਲਿਆ ਸੀ, ਤੇ ਜਦੋਂ ਮੈਂ ਹੋਈ ਸਾਰੇ ਦੱਸਤਾ ਕਿ ਸਾਡੇ ਘਰ ਤਾਂ ਖੁਸ਼ਬੂ ਆਈ ਹੈ, ਖੁਸ਼ਬੂ ਆਈ ਹੈ। ਅੱਛਾ, ਨੀ ਪੈਰ ਚੱਕ ਲਾ, ਲੇਟ ਨਾ ਹੋ ਜਾਈਏ ਕਿਤੇ। ਬਸ ਆ ਥੋੜਾ ਤਾਏ ਦੇ ਕਰਕੇ ਨਹੀਂ ਹੋ ਕੇ ਜਾਣਾ। ਬੇਟਾ, ਇੱਥੇ ਸਕੂਲ ਕਿੱਥੇ ਕੁ ਹੈ? ਓ ਜੀ, ਇੱਥੋਂ ਥੋੜਾ ਦੂਰ ਆ ਜੀ, ਸਾਨੂੰ ਨਾਲ ਬਿਠਾ ਲਓ, ਦੱਸ ਦਿੰਦੇ ਆ। ਕਾਫੀ ਦੂਰ ਹੈ? ਹਾਂਜੀ, ਆ ਜਾਓ ਫਿਰ। ਚਲੀਏ। ਚਲੀਏ। ਹਾਂਜੀ। ਕਿੱਧਰ? ਉਧਰ। ਚਲੋ।
ਹਾਂਜੀ, ਇੱਥੋਂ ਕਿੱਧਰ? ਓਏ, ਸਕੂਲ ਕਿੱਥੇ ਹੈ? ਸਕੂਲ ਜੀ, ਉਹ ਤਾਂ ਉੱਥੇ ਸੀ ਜਿੱਥੇ ਤੁਸੀਂ ਸਾਨੂੰ ਚੜਾਇਆ। ਇੱਥੇ ਤਾਂ ਮੇਰੇ ਤਾਈ ਦਾ ਘਰ ਆ। ਉੱਲੂ ਬਣਾਇਆ, ਬੜਾ ਮਜ਼ਾ ਆਇਆ। ਉੱਲੂ ਬਣਾਇਆ, ਬੜਾ ਮਜ਼ਾ ਆਇਆ। ਤਾਇਆ ਜੀ, ਲੰਘਿਆ ਮਰ ਜਾਣੀਏ, ਡਰ ਨਾ, ਕੁੱਤਾ ਬਣਿਆ ਹੋਇਆ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਪੁੱਤ। ਸਕੂਲ ਦੇ ਟਾਈਮ ਇੱਥੇ ਕਿਵੇਂ? ਸੁੱਖ ਤਾਂ ਹੈ ਬਾਪੂ? ਤੇਰਾ ਪਰ ਨਾ ਘਰ ਰਹਿ ਗਿਆ ਸੀ, ਭੈਣ ਕੇ ਨੀ ਜਾਂਦੀ ਜਾਂਦੀ ਬਾਪੂ ਨੂੰ ਫੜਾ ਦੀ। ਰੋਟੀ ਖਾਏਗਾ ਮੇਰਾ ਪੁੱਤ? ਨਾ ਨਾ ਜੀ, ਲੇਟ ਹੋ ਜਾਵਾਂਗੇ ਅਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਪ੍ਰਿੰਸੀਪਲ ਆਫਿਸ ਕਿੱਧਰ ਨੂੰ ਹੈ ਭਲਾ? ਆ ਸਾਹਮਣੇ ਜਾ ਕੇ ਤੀਜਾ ਜੀ। ਹੈਲੋ। ਹਾਂ ਜੀ, ਪਹੁੰਚ ਗਏ। ਬੜੀ ਟਾਈਮਿੰਗ ਕਮਾਲ ਦੀ ਹੈ ਤੁਹਾਡੀ, ਜਸਟ ਪਹੁੰਚੀ ਆ ਅਜੇ। ਅੱਛਾ, ਰਸਤੇ ਵਗੈਰਾ ਠੀਕ ਸੀ? ਰਸਤੇ ਤਾਂ ਠੀਕ ਹੀ ਹੁੰਦੇ ਨੇ, ਬੰਦੇ ਹੀ ਭਟਕ ਜਾਂਦੇ ਨੇ ਜਨਾਬ। ਮਹਾਰਾਜ, ਨਵੀਂ ਜਗ੍ਹਾ ਆਏ ਹੋ, ਆਪਣੇ ਅੰਦਰਲੇ ਬੁੱਧੀਜੀਵੀ ਨੂੰ ਸ਼ਾਂਤੀ ਰੱਖਿਓ ਇੱਥੇ। ਅੱਛਾ, ਜਦੋਂ ਚੱਲਣ ਲੱਗੇ ਨਾ ਮੈਨੂੰ ਫੋਨ ਕਰ ਦਿਓ ਤੇ ਆਪਣਾ ਧਿਆਨ ਰੱਖਿਓ। ਠੀਕ ਹੈ ਜੀ, ਓਕੇ ਜਨਾਬ, ਓਕੇ ਬਾਏ, ਓਕੇ। ਆ ਕੌਣ ਹੈ? ਮੈਡਮ ਮਨਜੀਤ, ਪੰਜਾਬੀ ਵਾਲੀ ਮਹਾਰਾਣੀ ਨਾ ਹੋਵੇ ਜਿਹਨੇ ਜੁਆਇਨ ਕਰਨਾ ਸੀ। ਮੇ ਕਮ ਇਨ ਸਰ? ਹਾਂ ਜੀ, ਯੈਸ ਕਮ ਇਨ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਨਿਊ ਜੁਆਇਨਿੰਗ ਜੀ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਓ ਵੈਰੀ ਗੁੱਡ, ਬੈਠੋ ਪਲੀਜ਼ ਜੀ। ਇਹ ਤਾਂ ਬਹੁਤ ਚੰਗੀ ਗੱਲ ਹੈ ਜੀ। ਸ਼ੁਕਰੀਆ ਸਰ। ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ। ਪਰਵਿੰਦਰ, ਇਉਂ ਕਰੋ, ਸਾਰੇ ਸਟਾਫ ਨੂੰ ਬੁਲਾਓ ਦਫ਼ਤਰ ਦੇ ਵਿੱਚ। ਜੀ। ਸਾਰੇ ਸਟਾਫ ਨੂੰ ਪ੍ਰਿੰਸੀਪਲ ਸਰ ਨੇ ਆਫਿਸ 'ਚ ਬੁਲਾਇਆ ਜੀ। ਲੱਗਦਾ ਤੁਹਾਡੀ ਗੱਲ ਤਾਂ ਪੱਕੀ ਹੋ ਗਈ ਮੈਡਮ ਜੀ। ਮੈਨੂੰ ਵੀ ਲੱਗਦਾ ਹੈ। ਚਲੋ ਹੁਣ ਮੈਡਮ ਨੂੰ ਸੌਖਾ ਹੋ ਜੂ, ਨਹੀਂ ਤਾਂ ਵਿਚਾਰਿਆਂ ਨੂੰ ਪਹਿਲਾਂ 3 ਫੀਟ ਵੱਧ ਲਾਉਣੇ ਪੈਂਦੇ ਸੀ। May I come in sir? Good morning sir. ਜੀ, ਕਮ ਇਨ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਸਿਮਰਨ, ਇਹ ਸਕੂਲ ਦੀ ਨਾ ਇੱਕ ਨਵੇਕਲੀ ਜੀ ਪਿਰਤ ਹੈ। ਜਦੋਂ ਵੀ ਕੋਈ ਨਵਾਂ ਅਧਿਆਪਕ ਆਉਂਦਾ, ਉਹਦੇ ਹੱਥੀ ਅਸੀਂ ਇੱਕ ਬੂਟਾ ਲਵਾਉਂਦੇ ਹਾਂ ਕੈਂਪਸ ਨੂੰ ਹਰਿਆ ਭਰਿਆ ਬਣਾਉਣ ਵਾਸਤੇ। ਸੋ ਆਓ ਕਰੀਏ ਨੇਕ ਕਾਰਜ ਆਪਾਂ। ਜੀ।
ਵੈਰੀ ਗੁੱਡ ਮਾਰਨਿੰਗ, ਸਿਟ ਡਾਊਨ। ਰਾਜੇ, ਅੱਜ ਤੋਂ ਤੁਹਾਡੀ ਕਲਾਸ ਦੇ ਇੰਚਾਰਜ ਮੈਂ ਆ, ਤੇ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਕਿ ਕੋਈ ਵੀ ਸਾਡੀ ਕਲਾਸ 'ਚ ਲੇਟ ਆਵੇ। ਅੰਦਰ ਆ ਜਾਈਏ ਮੈਡਮ ਜੀ। ਹਾਂਜੀ, ਆ ਜਾਓ। ਮੈਂ ਕੀ ਆਖ ਰਹੀ ਸੀ ਤੁਹਾਨੂੰ ਕਿ ਮੈਨੂੰ ਸਿਰਫ ਇੱਕੋ ਗੱਲ ਪਸੰਦ ਨਹੀਂ ਕਿ ਕੋਈ ਸਾਡੀ ਕਲਾਸ ਦੇ ਵਿੱਚ ਲੇਟ ਆਵੇ। ਠੀਕ ਹੈ ਜੀ, ਹੁਣ ਫਿਰ ਆਪਾਂ ਹਾਜ਼ਰੀ ਲਾਈਏ, ਨਾਲੇ ਤੁਹਾਡੇ ਨਾਲ ਪਹਿਚਾਣ ਹੋ ਜੂ। ਚਲੋ ਫਿਰ। ਸਭ ਤੋਂ ਪਹਿਲਾਂ ਹੈ ਬੇਟਾ ਅਮਨਦੀਪ ਕੌਰ, ਚਰਨਜੀਤ ਕੌਰ, ਜੀਵਨ ਸਿੰਘ। ਬੜਾ ਦਲੇਰ ਨਾਮ ਰੱਖਿਆ ਹੋਇਆ ਘਰਦਿਆਂ ਨੇ ਤੇਰਾ। ਅੱਛਾ, ਗੰਡਾ ਸਿੰਘ। ਕੀ ਗੱਲ, ਹੁਣ ਆਪਦੇ ਨਾਮ ਬਾਰੇ ਨੀ ਦੱਸਣਾ? ਬਹੁਤ ਬੋਲਦਾ। ਚੱਲ, ਅੱਜ ਤੋਂ ਕਲਾਸ ਦਾ ਮੋਨੀਟਰ ਵੀ ਤੂੰ ਹੋਇਆ, ਠੀਕ ਹੈ? ਅੱਗੇ ਹੈ ਜੀ ਮਰੋ ਕੌਰ। ਹਾਜ਼ਰ ਜੀ। ਤੈਨੂੰ ਪੁੱਛਿਆ ਕਿਸੇ ਨੇ? ਹਾਂ ਮੈਡਮ ਜੀ, ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਦਫ਼ਤਰ 'ਚ ਬੁਲਾਇਆ। ਠੀਕ ਹੈ, ਆਖੋ, ਮੈਂ ਹਾਜ਼ਰੀ ਲਗਾ ਕੇ ਆਈ। ਜੀਵਨ ਸਿੰਘ, ਧਿਆਨ ਰੱਖੀ ਕਲਾਸ ਦੇ ਵਿੱਚ ਕੋਈ ਸ਼ੋਰ ਨਾ ਮਚਾਵੇ। ਠੀਕ ਹੈ ਬੱਚਿਓ, ਮੈਂ ਹੁਣੇ ਆਈ। ਗੱਲ ਸੁਣੇ ਚਿਬੜਾ ਆ, ਮੈਡਮ ਨੇ ਮੋਨੀਟਰ ਕੀ ਕਹਿਤਾ, ਤੂੰ ਤਾਂ ਜਹਾਜ਼ ਹੀ ਬਣ ਗਿਆ। ਆ ਤੇਰੀ ਮੋਨੀਟਰੀ ਜੀ ਇਕੱਠੀ ਕਰਕੇ ਝੋਲੇ 'ਚ ਪਾ ਦੂੰ, ਤੇ ਝੋਲਾ ਮਾਰੂ ਕੰਧ ਨਾਲ। ਜਿਹੜੀ ਇਹ ਗੱਲ ਗੋਡਿਆਂ 'ਚ ਲਈ ਫਿਰਦਾ ਨਾ, ਟਿਕਾਣੇ ਸਿਰ ਹੋਯੂ, ਸਮਝ ਗਿਆ? ਕੀ ਨਾਮ ਦੱਸਿਆ ਸੀ ਤੂੰ ਆਪਣਾ? ਜੀ ਮਰੋ ਕੌਰ। ਮਰੋ ਕੌਰ। ਮੇ ਕਮ ਇਨ ਸਰ? ਹਾਂਜੀ ਹਾਂ, ਪਲੀਜ਼ ਕਮ ਇਨ ਪਲੀਜ਼। ਹਾਂਜੀ, ਬੈਠੋ। ਮੈਡਮ, ਇੱਕ ਬੜਾ ਜ਼ਰੂਰੀ ਲੈਟਰ ਡਿਪਾਰਟਮੈਂਟ ਦੇ ਵੱਲੋਂ ਆਇਆ, ਜਿਹਦੇ ਵਿੱਚ ਲਿਖਿਆ ਕਿ ਡਿਪਾਰਟਮੈਂਟ ਵੱਲੋਂ ਰੇਡੀਓ ਟੀਮ ਆਪਣੇ ਸਕੂਲ ਵਿੱਚ ਆ ਰਹੀ ਹੈ, ਜਿਹੜੀ ਕਿ 550 ਸਾਲਾ ਗੁਰਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਔਰਗੇਨਾਈਜ਼ ਕਰਾਏਗੀ, ਅਤੇ ਇਹਦੇ ਵਿੱਚ ਕੇਵਲ 8ਵੀਂ ਜਮਾਤ ਦੇ ਬੱਚੇ ਭਾਗ ਲੈ ਸਕਣਗੇ, ਅਤੇ ਤੁਸੀਂ 8ਵੀਂ ਜਮਾਤ ਦੇ ਇੰਚਾਰਜ ਵੀ ਹੋ, ਨਾਲੋ ਨਾਲ ਪੰਜਾਬੀ ਵਿਸ਼ੇ ਦੇ ਅਧਿਆਪਕਾ ਵੀ ਹੋ, ਸੋ ਕਰਵਾਓ ਤਿਆਰੀ ਬੱਚਿਆਂ ਦੀ। ਪਰਸਨ ਹੀ ਤਾਂ ਪਰਸੋਂ ਹੈ ਜੀ, ਅਤੇ ਕੱਲ੍ਹ ਦੀ ਛੁੱਟੀ ਹੈ, ਇੰਨੀ ਜਲਦੀ ਤਾਂ? ਤੁਸੀਂ ਘਬਰਾਓ ਨਾ ਮੈਮ, ਇਹ ਮੈਡਮ ਮਨਜੀਤ ਅਤੇ ਰਿਸ਼ਪਾਲ ਸਰ ਸੀਨੀਅਰ ਨੇ, ਸੋ ਇਹਨਾਂ ਦੀ ਮਦਦ ਲੈ ਲਓ। ਅਤੇ ਇੱਕ ਗੱਲ ਹੋਰ ਮੇਨ ਇਹ ਵੀ ਹੈ ਕਿ ਜਿਹੜਾ ਇਹ ਪ੍ਰੋਗਰਾਮ ਹੈ ਸਟੇਜ 'ਤੇ ਨਹੀਂ ਹੋਣਾ, ਬਲਕਿ ਰੇਡੀਓ 'ਤੇ ਹੈ। ਬੱਚੇ ਆਪਣਾ ਵਿਸ਼ਾ ਬੋਲਣਗੇ ਅਤੇ ਜਿਹਦਾ ਰੇਡੀਓ ਵੱਲੋਂ ਸਿੱਧਾ ਪ੍ਰਸਾਰਣ ਹੋਵੇਗਾ। ਅਤੇ ਇੱਕ ਗੱਲ ਹੋਰ, ਭਾਸ਼ਣ ਦਾ ਵਿਸ਼ਾ ਰਹੂਗਾ ਸ਼੍ਰੀ ਗੁਰੂ ਨਾਨਕ ਦੇਵ ਜੀ। ਜੀ ਸਰ, ਪੱਤਰ ਦੇ ਮੁਤਾਬਿਕ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿੱਚੋਂ ਬਸ ਇੱਕੋ ਹੀ ਬੱਚਾ ਲਿਆ ਜਾਏਗਾ, ਅਤੇ ਉਹਦੀ ਚੋਣ ਵੀ ਰੇਡੀਓ ਪ੍ਰਸਾਰਣ ਦੇ ਆਧਾਰ 'ਤੇ ਡਿਪਾਰਟਮੈਂਟ ਨੇ ਕਰਨੀ ਹੈ। ਮੈਡਮ, ਇੰਨਾ ਅੱਗੇ ਨਾ ਪੜ੍ਹੋ, ਆ ਫੰਕਸ਼ਨ ਵਾਲੀ ਫਾਰਮੈਲਿਟੀ ਹੋ ਜਾਏ, ਇੰਨਾ ਥੋੜ੍ਹਾ।
ਨਾ ਇਹਦੇ 'ਚ ਇੰਨਾ ਸੋਚਣ ਵਾਲੀ ਤਾਂ ਗੱਲ ਹੀ ਹੈ ਨਹੀਂ ਕੋਈ। ਬੱਚਿਆਂ ਨੂੰ ਕਹੋ ਕਿ ਗੁਰੂ ਨਾਨਕ ਦੇਵ ਜੀ ਦਾ ਲੇਖ ਯਾਦ ਕਰੇ ਆਉਣ, ਬਸ ਇਹਨੇ ਨਾਲ ਫੰਕਸ਼ਨ ਹੋ ਜਾਣਾ, ਨਾਲੇ ਸੱਪ ਵੀ ਮਰਜੂ ਅਤੇ ਸੋਟਾ ਵੀ ਨਹੀਂ ਟੁੱਟਣਾ। ਦੇਖੋ ਮੈਡਮ, ਫੰਕਸ਼ਨ ਤਾਂ ਕਰਨਾ ਹੀ ਪੈਣਾ, ਇਹ 'ਚ ਕੋਈ ਦੋ ਰਾਏ ਨਹੀਂ। ਥੋੜ੍ਹੀ ਬਹੁਤੀ ਬੱਚਿਆਂ ਦੀ ਤਿਆਰੀ ਕਿਵੇਂ ਕਰਾਉਣੀ ਹੈ ਇਹ ਹੁਣ ਤੁਸੀਂ ਦੇਖੋ। ਜੀ ਸਰ, ਕੋਈ ਗੱਲ ਨਹੀਂ ਜੀ। ਲੱਖਿਆ ਹੋਈ, ਇੱਕ ਵੱਜ ਗਿਆ ਹੋਈ। ਉਹ ਚਾਚੇ ਸੱਦੇ। ਹਾਂ ਬਈ। ਐਵੇਂ ਕਰ, ਆ ਛੱਡ, ਨੱਕੇ ਬਣੇ ਦੇਖ ਕੇ ਆ ਜਾ ਕੇ, ਨਾਲੇ ਚਾਹ ਧਰ ਲਓ। ਸਰੀਰ ਜਿਹਾ ਟੁੱਟੀ ਜਾਂਦਾ ਮੇਰਾ ਤਾਂ, ਨਾਲੇ ਛੁੱਟੀ ਕਰ ਲਓ, ਬਾਕੀਆਂ ਨੂੰ ਵੀ ਬੁਲਾ ਲਾ। ਆ ਜਾਓ ਵੀ ਮੁੰਡੇ। ਲੱਖੇ, ਸੱਦਾ ਸਕਾ ਚਾਚਾ ਤੇਰਾ, ਤੇ ਕੰਮ ਤੁਸੀਂ ਸੀਰੀਆਂ ਵਾਂਗੂ ਲੈਣੇ ਇਹਦੇ ਤੋਂ। ਉਹ ਪੈਸੇ ਵੀ ਸੀਰੀਆਂ ਨਾਲੋਂ ਜ਼ਿਆਦਾ ਦਿੱਤੇ ਆ। ਜਦੋਂ ਚਾਚੀ ਮਰੀ ਸੀ ਨਾ, ਮੇਰੇ ਵਾਲੇ ਬਾਪੂ ਨੇ ਤਾਂ ਲਾਇਆ ਸੀ ਸਾਰਾ ਪੈਸਾ, ਹਜੇ ਤੱਕ ਪੂਰਾ ਨਹੀਂ ਹੋਇਆ। ਉਹ ਐਵੇਂ ਕਰੋ, ਬੈਠਣ ਤੋਂ ਪਹਿਲਾਂ ਪੱਠੇ ਸਿੱਟਿਆ ਟਰਾਲੀ 'ਚ ਜਾ ਕੇ, ਪੱਠਿਆਂ ਨੂੰ ਤਾਂ ਥੱਬਾ ਥੱਬਾ ਆਊਗਾ, ਨਾਲ ਚਾਹ ਵੀ ਬਣ ਜੂ ਉਦੋਂ ਨੂੰ। ਲੱਖਿਆ, ਇੰਨੀ ਗਰਮੀ ਹੈ, ਕੰਮਿਆਂ ਨੂੰ ਥੋੜ੍ਹਾ ਆਰਾਮ ਤਾਂ ਦਵਾ ਦਿਆ ਕਰੋ ਯਾਰ। ਉਹ ਆਰਾਮ ਤਾਂ ਹਰਾਮ ਹੁੰਦਾ ਅੜੀਆ, ਇਹ ਤਾਂ ਹੀ ਲੋਟ ਆਉਂਦੇ ਆ। ਚਾਚੇ, ਮੇਰੇ ਵਾਲਾ ਗਲਾਸ ਚੰਗੀ ਤਰ੍ਹਾਂ ਮਾਂਜ ਕੇ ਚਾਹ ਫੜਾਈ। ਮੈਡਮ, ਮੂੰਹ ਮਿੱਠਾ ਕਰੋ ਜੀ। ਥੈਂਕ ਯੂ। ਕਿਹੜੀ ਖੁਸ਼ੀ ਚ? ਕਿਉਂਕਿ ਗੁਰਪ੍ਰੀਤ ਸਰ ਦੇ ਘਰ ਬੇਟਾ ਹੋਇਆ ਜੀ। ਅੱਛਾ। ਤੇ ਬੇਟੇ ਦਾ ਨਾਮ ਰੱਖਿਆ ਜੀ ਗੁਰਫਤਿਹਵੀਰ ਸਿੰਘ। ਚਲ ਵਧੀਆ ਹੋਇਆ। ਗੁਰਫਤਿਹ ਲਓ ਵੀ ਮਿਲ ਗਿਆ। ਕਿਹੜਾ ਖਜ਼ਾਨਾ ਲੱਭਿਆ? ਸਿਮਰਨ, ਜੇ ਤੁਹਾਡੇ ਬੇਟਾ ਹੋਇਆ ਨਾ, ਬਈ ਆਪਾਂ ਨਾਂ ਰੱਖਾਂਗੇ ਉਹਦਾ ਗੁਰਫਤਿਹ ਸਿੰਘ। ਆਹ ਦੇਖ ਲੈ, ਗਿੱਪੀ ਗਰੇਵਾਲ ਦੇ ਮੁੰਡੇ ਦਾ ਨਾਂ ਵੀ ਆਹੀ ਹੈ। ਸ਼ੁਕਰ ਹੈ, ਸ਼ੁਕਰ ਹੈ। ਜਿਹੜੇ ਹਿਸਾਬ ਨਾਲ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਹੋ ਨਾ, ਮੈਨੂੰ ਤਾਂ ਐ ਸੀ ਸਿੱਧੂ ਮੂਸੇਵਾਲਾ ਹੀ ਨਾਮ ਰੱਖੋਗੇ। ਬਈ ਬਾਈ ਸਿੱਧੂ ਤਾਂ ਸਿੱਧੂ ਹੀ ਹੈ। ਮੈਡਮ, ਮੈਡਮ, ਕਿੱਧਰ ਵਿਰਤੀ ਲਾਈ ਹੈ? ਕਿਤੇ ਭਾਸ਼ਣ ਮੁਕਾਬਲੇ ਦਾ ਬੋਸ ਤਾਂ ਨਹੀਂ ਲੱਗੇ? ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ ਜੀ। ਮੈਡਮ, 10 ਮਿੰਟ 8ਵੀਂ ਕਲਾਸ ਦੇਖ ਲਓਗੇ ਜੀ? ਮੈਨੂੰ ਥੋੜਾ ਦਫ਼ਤਰ ਦਾ ਕੰਮ ਹੈ। ਵੇ ਕਿੱਥੇ ਭਰਾਵਾ, ਮੇਰੇ ਤਾਂ ਆਪਦੇ ਗੋਡੇ ਦੁਖਦੇ ਹੈ, ਮੈਥੋਂ ਕਿੱਥੋਂ ਦੇ ਚੜ੍ਹਿਆ ਜਾਂਦਾ ਪੌੜੀਏ, ਨਾ ਮੈਥੋਂ ਤਾਂ ਨਹੀਂ ਦੇਖਿਆ ਜਾਂਦਾ। ਕਹਿਣ ਨੂੰ ਤਾਂ ਸ਼ੁਗਰ ਵੀ ਆ, ਲੱਡੂ ਫੇਰ ਵੀ ਦੋ ਰੱਖੇ ਆ। ਨੀ ਕੁੜੀਓ, ਕਿੱਧਰ ਮੂੰਹ ਚੱਕਿਆ, ਇੱਧਰ ਆਓ।
ਹਾਂਜੀ ਮੈਮ। ਆਏ ਕਰੋ ਮੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਆਇਓ। ਨਾਲੇ ਗੱਲ ਸੁਣ, ਆ ਹੱਥਾਂ ਨੂੰ ਨਾ ਚੰਗੀ ਤਰ੍ਹਾਂ ਇੱਥੋਂ ਤੱਕ ਧੋਣਾ, ਨਾਲੇ ਉਹ ਕਲੈਣੀ ਨੂੰ ਹੱਥ ਨਾ ਲਾਉਣ ਦੇ ਪਾਣੀ ਦੇ ਗਲਾਸ ਨੂੰ। ਜਾਓ। ਮੈਮ ਜੀ ਤੁਹਾਨੂੰ ਇੰਨੀ ਜ਼ਿਆਦਾ ਸੂਗ ਆਉਂਦੀ ਹੈ ਤਾਂ ਆਪਦਾ ਪਾਣੀ ਘਰੋਂ ਲੈ ਕੇ ਆਇਆ ਕਰੋ। ਨਾਲੇ ਅਧਿਆਪਕ ਹੋਣ ਦੇ ਨਾਤੇ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਇਹੋ ਜਿਹੇ ਸ਼ਬਦ ਵਰਤਣੇ। ਕਲੈਣੀ ਕੀ ਹੁੰਦਾ ਮੈਮ? ਮੈਡਮ ਕਲੈਣੀ ਵੀ ਤਾਂ ਨਾ ਹੀ ਆਉਂਦਾ। ਜਿਹੜੀ ਬੱਚੇ ਜਾਂਦੇ ਆਪਣੀ ਮਾਂ ਨੂੰ ਖਾ ਗਈ ਉਹਨੂੰ ਕਲੈਣੀ ਨਹੀਂ ਤਾਂ ਦੇਵੀ ਕਹਾਂ? ਨਾਲੇ ਜਿਹੜੀ ਬੱਚੀ ਮਾਂਵਾਰੀ ਹੋਵੇ ਨਾ ਉਹਦੇ ਮੂੰਹ 'ਚ ਤਾਂ ਜਵਾਨ ਨਹੀਂ ਹੁੰਦੀ, ਤੇਰੀ ਜਵਾਨ ਕੈਂਚੀ ਵਾਂਗੂ ਚੱਲਦੀ ਹੈ। ਮੈਮ ਜੰਮਣਾ ਤੇ ਮਰਨਾ ਨਾ ਰੱਬ ਦੇ ਹੱਥ ਹੁੰਦਾ, ਬੱਚੀ ਦਾ ਕੀ ਕਸੂਰ ਹੈ ਇਹਦੇ ਵਿੱਚ? ਮੈਡਮ ਸੌ ਹੱਥ ਰੱਸਾ ਤੇ ਸਿਰ ਤੇ ਗੰਢ, ਆਪਦੀ ਨਾ ਤਨਖਾਹ ਤੱਕ ਮਤਲਬ ਰੱਖੋ, ਬੱਚਿਆਂ ਦੀ ਬਹੁਤੀ ਤਰਫਦਾਰੀ ਕਰਨ ਦੀ ਲੋੜ ਨਹੀਂ। ਕਿਤੇ ਨਾ ਹੋਵੇ ਨੱਕੋ ਬੋਲੋ ਚੜ੍ਹ ਤੋਂ ਪਹਿਲਾਂ ਥੱਲੇ ਲੈ ਜਾਓ। ਸ਼ੁਕਰੀਆ ਸਲਾਹ ਦੇਣ ਦੇ ਲਈ। ਓਏ ਪੁੱਤਰ ਕੀ ਹੋਇਆ? ਨਵੇਂ ਮੈਡਮ ਜੀ ਸਾਰੇ ਝੂਠ ਬੋਲਦੇ ਆ, ਰਸਦੀ ਸੌ ਮੈਂ ਆਪਣੀ ਮਾਂ ਨੂੰ ਨਹੀਂ ਮਾਰਿਆ। ਮੈਡਮ ਜੀ ਮੈਂ ਤਾਂ ਮਾਂ ਵੇਖੀ ਹੀ ਨਹੀਂ ਹਜੇ ਤੱਕ, ਕਿਵੇਂ ਮਾਰ ਸਕਦੀ ਹਾਂ ਜਦੋਂ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮਾਂ ਕਿਉਂ ਜੀ ਦੀ ਹੁੰਦੀ ਹੈ। ਬਸ ਗੁੜੀਆ ਪਾਣੀ ਲੈ ਕੇ ਆ ਪੁੱਤਰੀ ਦੇ ਵਾਸਤੇ, ਇੱਕ ਮਿੰਟ ਗਲਾਸ ਬਦਲ ਕੇ ਲੈ ਕੇ ਆਵੀ। ਤੈਨੂੰ ਕਿਹਨੇ ਕਿਹਾ ਮੰਮਾ ਤੇਰੇ ਤੋਂ ਦੂਰ ਹੈ? ਮੰਮਾ ਤਾਂ ਹਮੇਸ਼ਾ ਤੈਨੂੰ ਦੇਖਦੇ ਹੈ, ਪਤਾ ਉਹ ਉੱਥੋਂ ਉੱਪਰੋਂ ਵਾਹਿਗੁਰੂ ਜੀ ਦੇ ਕੋਲੋਂ ਹਮੇਸ਼ਾ ਦੇਖਦੇ ਹੈ ਕਿ ਮੇਰੀ ਧੀ ਕਿਤੇ ਰੋਂਦੀ ਤਾਂ ਨਹੀਂ। ਪੀ ਪਾਣੀ। ਓਏ ਇਹ ਸ਼ਕਤੀ ਤਾਂ ਸਕੀਆਂ ਮਾਵਾਂ ਕੋਲ ਹੀ ਹੁੰਦੀ ਹੈ। ਅੱਜ ਪਹਿਲੀ ਵਾਰੀ ਰੋਂਦੇ ਵੇਖਿਆ ਮਰੋ ਨੂੰ। ਸਭ ਨੂੰ ਲੱਗਦਾ ਇਹ ਲੜਾਕੀ ਆ, ਢੀਠ ਹੈ, ਸ਼ਰਾਰਤੀ ਹੈ, ਪਰ ਜਿਹੜਾ ਭਾਂਬੜੇ ਨੇ ਆਪਣੇ ਅੰਦਰ ਦੱਬ ਕੇ ਰੱਖਿਆ ਨਾ ਉਹਨੂੰ ਕੋਈ ਫੀਲ ਨਹੀਂ ਕਰਦਾ। ਬੜੀ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਮਰੋ ਨੂੰ। ਹਾਂਜੀ ਮੈਂ ਐਜੂਕੇਸ਼ਨ ਪ੍ਰੋਵਾਈਡਰ ਹਾਂ, ਕੱਚਾ ਅਧਿਆਪਕ ਇਸੇ ਹੀ ਪਿੰਡ ਦਾ। ਅਕਸਰ ਮਾਂ ਬਾਰੇ ਬੱਚੇ ਚੁੱਪ ਜਿਹੇ ਸੁਭਾਅ ਵਾਲੇ ਬਣ ਜਾਂਦੇ, ਪਰ ਇਸ ਵਿਚਾਰੀ ਨੇ ਤਾਂ ਕਦੇ ਆਪਣੀ ਮਾਂ ਨੂੰ ਵੇਖਿਆ ਵੀ ਨਹੀਂ। ਅਤੇ ਉੱਤੋਂ ਦੀ ਨਾਮ ਇਹੋ ਜਿਹੇ ਰੱਖੇ ਹੋਏ, ਕੋਈ ਵੀ ਬੱਚਾ ਢੀਠ ਹੋ ਜੇ। ਢੀਠ ਦਾ ਤਾਂ ਪਤਾ ਨਹੀਂ ਪਰ ਹੈ ਸਭ ਤੋਂ ਵੱਖਰੀ, ਇੰਚਾਰਜ ਹੋ, ਧਿਆਨ ਰੱਖਣਾ। ਨੀ ਕੀ ਸੋਚੀ ਜਾਨੀ ਆ? ਕੁਛ ਨਹੀਂ, ਆ ਤੂੰ ਐ ਦੱਸ ਕਿ ਜਦੋਂ ਤੇਰੀ ਮਾਂ ਤੈਨੂੰ ਕਲਾਵੇਂ ਚ ਲੈਂਦੀ ਹੁੰਦੀ ਆ ਉਦੋਂ ਤੈਨੂੰ ਕੋਈ ਵੱਖਰਾ ਜਨਿਕ ਮਿਲਦਾ? ਐਵੇਂ ਜੇ ਲੱਗਦਾ ਹੋਵੇ ਕਿ ਪਹਿਲਾਂ ਨਾਲੋਂ ਵੱਧ ਤਕੜੇ ਹੋ ਗਏ ਹੋਈਏ।
ਨਿਗਦਾ ਤਾਂ ਪਤਾ ਨਹੀਂ, ਪਰ ਜਦੋਂ ਮਾਂ ਕੁੱਟਦੀ ਹੁੰਦੀ ਆ ਨਾ ਉਦੋਂ ਸੇਕ ਬੜਾ ਨਿਕਲਦਾ। ਗੁੱਡ ਆਫਟਰਨੂਨ ਸਾਰੇ ਬੱਚੇ, ਧਿਆਨ ਨਾਲ ਸੁਣੋ। ਪਰਸੋਂ ਯਾਨੀ ਕਿ ਸੋਮਵਾਰ ਨੂੰ ਤੁਸੀਂ ਸਾਰਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਲੇਖ ਯਾਦ ਕਰਕੇ ਆਉਣਾ, ਠੀਕ ਹੈ? ਕਿਸੇ ਨੇ ਵੀ ਗੈਰ ਹਾਜ਼ਰ ਨਹੀਂ ਹੋਣਾ। ਉਹ ਲੇਖ ਤੁਹਾਤੋਂ ਕੱਲਿਆਂ ਤੋਂ ਨਹੀਂ ਸੁਣਿਆ ਜਾਣਾ, ਸਗੋਂ ਦੀ ਕੱਲੇ ਕੱਲੇ ਤੋਂ ਸਾਰੇ ਸਕੂਲ ਦੇ ਸਾਹਮਣੇ ਸੁਣਿਆ ਜਾਣਾ, ਠੀਕ ਹੈ? ਸੋ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਕੱਲੀ ਕੱਲੀ ਗੱਲ ਜਿਹੜੀ ਹੈ ਯਾਦ ਕਰਕੇ ਆਉਣੀ ਹੈ। ਸਮਝੇ ਹੋ ਸਾਰੇ? ਠੀਕ ਹੈ, ਯਾਦ ਰੱਖਿਓ। ਹਾਂ ਵੀ ਸਰਕਾਰ, ਕਿਵੇਂ ਰਿਹਾ ਫਿਰ ਅੱਜ ਦਾ ਦਿਨ? ਬਹੁਤ ਵਧੀਆ। ਤੁਹਾਨੂੰ ਪਤਾ ਪ੍ਰਦੀਪ, ਸਕੂਲ 'ਚ ਇੱਕ ਬੱਚੀ ਮਿਲੀ, ਉਹਦਾ ਨਾਮ ਸੀ ਮਰੋ, ਮਰੋ ਕੌਰ। ਬੜਾ ਅਜੀਬ ਨਾਂ ਹੈ ਬਈ, ਮਰੋ, ਮਰੋ ਕੌਰ। ਨਾਮ ਨੂੰ ਛੱਡੋ, ਤੁਹਾਨੂੰ ਪਤਾ ਮੈਂ ਅੱਜ ਉਹਨੂੰ ਆਪਣੇ ਕਲਾਵੇ 'ਚ ਲਿਆ ਅਤੇ ਉਹਨੇ ਮੈਨੂੰ ਐ ਕੁੱਟ ਲਿਆ ਜਿਵੇਂ ਪਤਾ ਨਹੀਂ ਕਦੋਂ ਤੋਂ ਮੈਨੂੰ ਲੱਭ ਰਹੀ ਹੋਵੇ। ਇਹ ਯਾਰ ਤੇਰੇ ਵਹਿਮ ਹੈ, ਤੂੰ ਇੱਦਾਂ ਦੇ ਵਹਿਮ ਦਿਲ 'ਚ ਨਾ ਰੱਖਿਆ ਕਰ, ਤੈਨੂੰ ਪਤਾ ਨਾ ਤੂੰ ਬਿਮਾਰ ਹੋ ਜਾਂਦੀ। ਮੈਨੂੰ ਪਤਾ ਪ੍ਰਦੀਪ, ਪਰ ਇਹ ਵਹਿਮ ਮੇਰੇ ਮਨ ਨੂੰ ਸਕੂਨ ਦਿੰਦੇ ਨੇ। ਓ ਪਲੀਜ਼ ਯਾਰ, ਰੱਬ ਦੇ ਵਾਸਤੇ ਤੂੰ ਇੱਦਾਂ ਨਾ ਸੋਚਿਆ ਕਰ। ਕਿਵੇਂ ਨਾ ਸੋਚਾਂ ਭਲਾ, ਪ੍ਰਦੀਪ ਮੇਰਾ ਵੀ ਜੀ ਕਰਦਾ ਮੈਂ ਆਪਣੀ ਧੀ ਨੂੰ ਇੱਦਾਂ ਘੁੱਟ ਕੇ ਕਲਾਵੇ 'ਚ ਲਵਾਂ, ਮੈਂ ਉਹਨੂੰ ਰੋਂਦੀ ਨੂੰ ਚੁੱਪ ਕਰਾਵਾਂ, ਮੈਂ ਉਹਦੇ ਨਾਲ ਖਿੜ ਖਿੜ ਕੇ ਹੱਸਾਂ, ਮੈਂ ਉਹਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਾਂ, ਤੇ ਜਦੋਂ ਅਸੀਂ ਇੱਕੋ ਜਿਹੇ ਸੂਟ ਪਾ ਕੇ ਬਾਹਰ ਨਿਕਲੀਏ ਨਾ, ਲੋਕੀ ਸਾਨੂੰ ਖੜ ਖੜ ਕੇ ਵੇਖਣ। ਮੇਰਾ ਜੀ ਕਰਦਾ ਪ੍ਰਦੀਪ, ਪ੍ਰਦੀਪ ਮੇਰਾ ਜੀ ਕਰਦਾ ਮੈਨੂੰ ਕੋਈ ਮਾਂ ਕਹਿ ਕੇ ਬੁਲਾਵੇ, ਮੈਨੂੰ ਕੋਈ ਮਾਂ ਆਖੇ ਪ੍ਰਦੀਪ। ਯਾਰ ਸੰਭਾਲੋ ਆਪਣੇ ਆਪ ਨੂੰ, ਇਹ ਇੱਕ ਸੁਪਨਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਤੁਸੀਂ ਕਿਉਂ ਭੁੱਲ ਜਾਂਦੇ? ਮੈਂ ਜਾਣਦੀ ਹਾਂ ਇਹ ਮੇਰਾ ਸੁਪਨਾ ਹੈ, ਉਸ ਹਾਦਸੇ ਤੋਂ ਬਾਅਦ ਮੈਂ ਕਦੇ ਵੀ ਮਾਂ ਨਹੀਂ ਬਣ ਸਕਾਂਗੀ, ਪਰ ਪਤਾ ਨਹੀਂ ਕਿਉਂ ਪ੍ਰਦੀਪ ਮੈਨੂੰ ਬਾਬੇ ਨਾਨਕ ਤੇ ਜਿਵੇਂ ਭਰੋਸਾ ਜਿਹਾ ਆ ਜਾਂਦਾ। ਮੈਨੂੰ ਲੱਗਦਾ ਉਹ ਮੇਰੀ ਇੰਨੀ ਕੁ ਰੀਝ ਤਾਂ ਜ਼ਰੂਰ ਪੂਰੀ ਕਰਨਗੇ ਨਾ। ਮਾਂ ਤੂੰ ਦੂਰ ਕਾਦੀ ਹੋਈ, ਰੰਗ ਲੋਕਾਂ ਨੇ ਦਿਖਾਏ, ਤੇਰੇ ਜਾਣ ਪਿੱਛੋਂ ਕਿੰਨੇ ਦੁੱਖ ਪਿੰਡੇ ਤੇ ਹੰਡਾਏ, ਕੋਈ
ਕੋਈ ਦੁਨੀਆ ਦੀ ਸ਼ੈ ਕੋਈ ਦੁਨੀਆ ਦੀ ਸ਼ੈ ਤੇਰੀ ਥਾਂ ਲੈ ਸਕੀਨਾ ਮਾਂ ਤੇਰੇ ਵਜੋਂ ਕਿਸੇ ਨੂੰ ਮੈਂ ਕਹਿ ਸਕੀਨਾ ਮਾਂ ਤੇਰੇ ਵਜੋਂ ਕਿਸੇ ਨੂੰ ਮੈਂ ਮਾਂ ਕਹਿ ਸਕੀਨਾ ਕਿਵੇਂ ਮਾਣਿਆ? ਉਹ ਛੱਡ, ਤੇਰੀ ਵੀਜ਼ੇ ਵਾਲੀ ਪਾਰਟੀ ਤਾਂ ਕੌੜੀ ਕਰਨੀ ਬਣਦੀ ਹੈ। ਗੁਰੂ ਦੀ ਬਾਣੀ ਦੇ ਪੱਕੇ ਬੰਦੇ ਆ, ਨਾ ਤਾਂ ਮਾਸ ਮਿੱਟੀ ਖਾਈਏ ਤੇ ਨਾ ਖਵਾਈਏ। ਚਲੋ ਠੀਕ ਆ ਫਿਰ, ਆਉਣਾ ਮੈਂ। ਸਰਤਾਜ ਰੇਡੀਓ ਤੋਂ ਮੈਂ ਤੁਹਾਡਾ ਆਪਣਾ ਰੇਡੀਓ ਦੋਸਤ ਬਲਕਾਰ ਸਿੰਘ ਆਪ ਸਭ ਦਾ ਸਵਾਗਤ ਕਰਦਾ ਹਾਂ। 550 ਸਾਲਾ ਪ੍ਰੋਗਰਾਮ ਦੇ ਤਹਿਤ ਭਾਸ਼ਣ ਮੁਕਾਬਲੇ ਦੀ ਲੜੀ ਨੂੰ ਅੱਗੇ ਤੋਰਦਿਆਂ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ, ਜ਼ਿਲ੍ਹਾ ਮਾਨਸਾ ਵਿਖੇ। ਸਰੋਤਿਆਂ ਨੂੰ ਜਾਣਕਾਰੀ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਨੇ ਅਤੇ ਇਹਨਾਂ ਵਿਦਿਆਰਥੀਆਂ ਵਿੱਚੋਂ ਸਿਰਫ ਇੱਕ ਵਿਦਿਆਰਥੀ ਦੀ ਚੋਣ ਪੰਜਾਬ ਪੱਧਰ 'ਤੇ ਭਾਸ਼ਣ ਮੁਕਾਬਲੇ ਲਈ ਕੀਤੀ ਜਾਣੀ ਹੈ। ਸੋ ਸਾਰੇ ਅਧਿਆਪਕ ਅਤੇ ਵਿਦਿਆਰਥੀ ਤਿਆਰ ਨੇ, ਆਓ ਸ਼ੁਰੂ ਕਰਦੇ ਹਾਂ ਅੱਜ ਦਾ ਭਾਸ਼ਣ ਮੁਕਾਬਲਾ। ਸੋ ਜਾਂਦੇ ਹਾਂ ਇੱਕ ਪਿਆਰੀ ਜੀ ਬੱਚੀ ਕੋਲ। ਹਾਂਜੀ ਬੱਚੇ, ਕੀ ਨਾਮ ਹੈ ਤੁਹਾਡਾ? ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ। ਗੁਰੂ ਨਾਨਕ ਦੇਵ ਜੀ ਦਾ ਜਨਮ 1474 ਈਸਵੀ ਨੂੰ ਰਾਏਪੁਰ ਦੇ ਤਲਵੰਡੀ ਵਿਖੇ ਹੋਇਆ। ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ। ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਨਾਨਕ ਮਤਲਬ ਸ਼੍ਰੀ ਗੁਰੂ ਨਾਨਕ ਦੇਵ ਜੀ। ਓਏ ਆ ਸੱਦੇ ਚਾਚੇ ਦੀ ਕੁੜੀ ਨਹੀਂ ਬੋਲੀ ਜਾਂਦੀ? ਮਰੋ ਪੂਰੇ ਸੰਸਾਰ ਦੇ ਗੁਰੂ ਹਨ। ਹਾਂ ਸਾਡੇ ਲਈ ਜਵਾਕੜੀ ਹੈ ਯਾਰ, ਆਵਾਜ਼ ਚੱਕੀ ਥੋੜੀ ਜੀ। ਉਹ ਕਹਿੰਦੇ ਕਿ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰ ਗੱਲ ਇਹ ਨਹੀਂ ਕਿ ਤੁਸੀਂ ਸਵੇਰ ਸ਼ਾਮ ਕਿੰਨੇ ਘੰਟੇ ਸਿਮਰਨ ਕਰਦੇ ਹੋ। ਗੱਲ ਤਾਂ ਇੱਥੇ ਨਿਬੜਦੀ ਹੈ ਕਿ ਸਿਮਰਨ ਕਰਦੇ ਸਮੇਂ ਤੁਹਾਡਾ ਧਿਆਨ ਉਸ ਰੱਬ ਵੱਲ ਹੁੰਦਾ ਹੈ ਜਾਂ ਦੁਨਿਆਵੀ ਲਾਲਚਾਂ ਵੱਲ। ਉਹ ਕਹਿੰਦੇ ਮਾਸ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ, ਕੋਈ ਨਸ਼ਾ ਨਹੀਂ ਕਰਨਾ, ਪਰ ਗੱਲ ਤਾਂ ਇੱਥੇ ਨਿਬੜਦੀ ਹੈ ਕਿ ਤੁਸੀਂ ਇਹ ਸਭ ਛੱਡ ਕੇ ਕਿਸੇ ਗਰੀਬ ਦਾ ਖੂਨ ਤਾਂ ਨਹੀਂ ਚੂਸ ਰਹੇ। ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਅਤੇ ਸਾਨੂੰ ਬਿਨਾਂ ਕਿਸੇ ਭੇਦਭਾਵ ਦੇ ਵੰਡ ਛਕਣ ਦੀ ਸਿੱਖਿਆ ਦਿੱਤੀ।
ਪਰ ਇਹ ਸਭ ਉਹਨਾਂ ਸਿਰਫ ਗੁਰੂ ਘਰਾਂ ਤੱਕ ਸੀਮਿਤ ਰੱਖਣ ਲਈ ਨਹੀਂ ਸੀ ਕਿਹਾ। ਗੱਲ ਤਾਂ ਖੁਦ ਦੇ ਘਰਾਂ 'ਤੇ ਨਿਬੜਦੀ ਹੈ। ਆਪਣੇ ਛੋਟਿਆਂ ਜਾਂ ਕਾਮੀਆਂ ਨਾਲ ਕੋਈ ਭੇਦਭਾਵ ਜਾਂ ਵਤਕਰਾ ਤਾਂ ਨਹੀਂ ਕਰ ਰਹੇ। ਗੁਰੂ ਜੀ ਨੇ ਹਰ ਔਰਤ ਦਾ ਸਤਿਕਾਰ ਕਰਨ ਲਈ ਕਿਹਾ। ਬਹੁਤ ਬਹੁਤ ਮੁਬਾਰਕਾਂ ਪ੍ਰਿੰਸੀਪਲ ਸਾਹਿਬ, ਬਹੁਤ ਸੋਹਣਾ ਪ੍ਰੋਗਰਾਮ ਹੋਇਆ। ਧੰਨਵਾਦ ਜੀ। ਬਾਕੀ ਬਾਬਾ ਨਾਨਕ ਹੀ ਹੈ ਜੀ ਸਭ ਕਰਨ ਕਰਾਉਣ ਵਾਲਾ, ਅਤੇ ਬਾਕੀ ਬੱਚਿਆਂ ਅਤੇ ਸਟਾਫ ਦੀ ਮਿਹਨਤ ਹੈ। ਚਲੋ ਜੋ ਵੀ ਹੋਇਆ ਚੰਗੇ। ਚਲੋ ਜੀ, ਮੈਨੂੰ ਦਿਓ ਪ੍ਰਿੰਸੀਪਲ ਸਾਹਿਬ ਆ ਗਿਆ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਰ, ਮਰੂ ਨੇ ਤਾਂ ਮਰਵਾ ਹੀ ਦਿੱਤਾ ਸੀ ਆਪਾਂ ਨੂੰ। ਮੈਡਮ ਵੇਖੋ, ਰਿਜ਼ਲਟ ਚੰਡੀਗੜ੍ਹ ਵਾਲਿਆਂ ਨੇ ਦੇਣਾ, ਠੀਕ ਹੈ ਨਾ, ਅਤੇ ਜਵਾਬ ਦੇਣਾ ਮੈਂ। ਤੁਸੀਂ ਕਿਉਂ ਐਵੇਂ ਖਾਮ ਖਾ ਘਬਰਾਹਟ ਮੰਨੀ ਬੈਠੇ ਹੋ? ਨਹੀਂ ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਚਾਚਾ ਉੱਧਰ ਹੋਈ ਮਾੜਾ ਜਾ, ਮੰਜੇ 'ਤੇ ਤਾਂ ਚਾਹ ਪੀਣ ਦਾ ਸਵਾਦ ਹੀ ਨਹੀਂ ਆਉਂਦਾ। ਐਂ ਕਰ, ਮੰਜੇ 'ਤੇ ਤੂੰ ਬੈਠ ਅਤੇ ਆ ਗਲਾਸ ਜਾ ਵੀ ਨਾਲ ਹੀ ਲੈ ਜਾ। ਮੈਨੂੰ ਤਾਂ ਤੇਰੇ ਵਾਲੀ ਬਾਟੀ 'ਚ ਪਾ ਦੇ ਬਾਬਾ ਸਾਰੀ। ਓਏ ਨਾ ਸ਼ੇਰਾ ਨਾ, ਕਿਉਂ ਪਾਪ ਚੜਾਉਣਾ, ਕੀ ਪਤਾ ਪਾਪ ਉੱਤਰ ਨਹੀਂ ਹੋਣ। ਗੁੱਡ ਮਾਰਨਿੰਗ ਜਸਪਾਲ ਜੀ, ਮੇਲ ਚੈੱਕ ਕਰਿਓ, ਦੇਖੋ ਕੋਈ ਡਾਕ ਤਾਂ ਨਹੀਂ ਆਈ। ਮਹਿਕਮੇ ਦਾ ਕੀ ਪਤਾ ਕਿਹੜੇ ਵੇਲੇ ਕੀ ਭੇਜਦੇ। ਵਾਹ ਸਰ ਜੀ ਵਾਹ, ਕਿਆ ਬਾਤਾਂ ਨੇ। ਕਿਉਂ ਕੀ ਹੋਇਆ ਜਸਪਾਲ? ਸਰ ਆ ਦੇਖੋ, ਕਮਾਲ ਹੋ ਗਈ। ਉਹ ਬੱਲੇ ਬੱਲੇ ਬੱਲੇ, ਆ ਤਾਂ ਆਨੰਦ ਆ ਗਿਆ ਯਾਰ, ਯਕੀਨ ਹੀ ਨਹੀਂ ਆ ਰਿਹਾ। ਛੇਤੀ ਪ੍ਰਿੰਟ ਕੱਢੋ, ਕਮਾਲ ਕਰਤਾ ਬਈ ਕੁੜੀ ਨੇ। ਹਾਂਜੀ ਮੈਮ, ਸੁਖਚੈਨ ਸਰ ਨੂੰ ਬੁਲਾਓ। ਠੀਕ ਹੈ ਜੀ। ਸ਼ਰਮਾ ਜੀ, ਓ ਸ਼ਰਮਾ ਜੀ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜਿੰਨਾ ਚਿਰ ਇੱਥੇ ਸੁਖਚੈਨ ਬੈਠਾ ਹੈ। ਅਰੇ ਤੁਸੀਂ ਤਾਂ ਜਾਣਦੇ ਹੀ ਹੋ, ਲੋਕ ਸੁਖਚੈਨ ਨੂੰ ਉਦੋਂ ਯਾਦ ਕਰਦੇ ਐ ਜਦੋਂ ਲੋਕਾਂ ਦਾ ਸੁਖਚੈਨ ਉੱਡਿਆ ਹੋਵੇ ਜਾਂ ਉਡਾਉਣਾ ਹੋਵੇ। ਸਰ, ਤੁਹਾਨੂੰ ਹੈੱਡ ਮੈਮ ਨੇ ਆਫਿਸ 'ਚ ਬੁਲਾਇਆ ਜੀ। ਲੱਗਦਾ ਦਿਹਾੜੀ ਤਾਂ ਬਣ ਗਈ ਮਿੱਤਰਾ, ਤੂੰ ਚੱਲ, ਮੈਂ ਆਇਆ। May I come in, ma'am? Yes, come in. Have a seat.
ਕਿਵੇਂ ਟੈਂਸ ਜੇ ਲੱਗਦੇ ਹੋ ਮੈਡਮ? ਸੁੱਖ ਤਾਂ ਹੈ। ਸੁਖਚੈਨ ਸਰ, ਪੰਜਾਬ ਲੈਵਲ ਡਿਬੇਟ ਕੰਪੀਟੀਸ਼ਨ ਦੇ ਕੰਪੀਟੀਟਰਸ ਦੀ ਲਿਸਟ ਆ ਚੁੱਕੀ ਹੈ, ਐਂਡ ਆ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੀ ਮੇਲ ਵੀ। ਐਜ਼ ਅ ਚੀਫ ਗੈਸਟ DGSE ਪੰਜਾਬ ਸਰਦਾਰ ਸੁਖਦਰਸ਼ਨ ਸਿੰਘ ਗਿੱਲ ਖੁਦ ਆ ਰਹੇ ਨੇ। ਫਿਰ ਕੀ ਹੋਇਆ ਮੈਡਮ ਜੀ? ਫਿਕਰ ਨਾਟ, ਸਾਰੀਆਂ ਤਿਆਰੀਆਂ ਮੁਕੰਮਲ ਨੇ, ਐਵਰੀਥਿੰਗ ਇਜ਼ ਰੈਡੀ। ਤੁਸੀਂ ਘਬਰਾਓ ਨਾ, ਸੁਖਚੈਨ ਹੈ ਨਾ? ਗੱਲ ਤਿਆਰੀ ਦੀ ਨਹੀਂ, ਪੋਜੀਸ਼ਨ ਦੀ ਏ। ਧਿਆਨ ਨਾਲ ਵੇਖੋ, ਸਾਰੇ ਜ਼ਿਲ੍ਹਿਆਂ ਵਿੱਚੋਂ ਕਾਨਵੈਂਟ ਸਕੂਲ ਦੇ ਵਿਦਿਆਰਥੀ ਸਿਲੈਕਟ ਹੋਏ ਨੇ, ਸਿਵਾਏ ਮਾਨਸਾ ਜ਼ਿਲ੍ਹੇ ਦੇ। ਮਰੋ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂ ਵਾਲੀ ਮਾਨਸਾ, ਇੱਕ ਤਾਂ ਸਰਕਾਰੀ ਉੱਤੋਂ ਮਾਨਸਾ, ਤੇ ਰਹਿੰਦੀ ਕਸਰ ਨਾਨੇ ਕੱਢਤੀ ਅਖੇ ਮਰੋ ਕੌਰ। ਡੋਂਟ ਅੰਡਰਐਸਟੀਮੇਟ ਹਰ ਸੁਖਚੈਨ, ਇਹ ਬੱਚੀ ਮਾਨਸਾ ਜ਼ਿਲ੍ਹੇ 'ਚੋਂ ਟੌਪ ਕਰਕੇ ਆਈ ਹੈ, ਅਤੇ ਮੈਨੇਜਮੈਂਟ ਨਹੀਂ ਚਾਹੁੰਦੀ ਕਿ ਸਰਕਾਰੀ ਸਕੂਲ ਦਾ ਬੱਚਾ ਫਸਟ ਤੱਕ ਹੀ ਪਹਿਲੀਆਂ 5 ਪੋਜੀਸ਼ਨਸ ਵਿੱਚ ਵੀ ਆਉਂਦਾ। ਅਤੇ ਇਹ ਸਭ ਕਿਵੇਂ ਕਰਨਾ ਹੈ ਇਹ ਤੁਸੀਂ ਵੇਖ ਲਓ। ਮੈਡਮ ਜੀ, ਲੈਟਰ 'ਚ ਸਾਫ ਸਾਫ ਲਿਖਿਆ ਹੈ ਕਿ ਭਾਸ਼ਣ ਮੁਕਾਬਲੇ ਦਾ ਵਿਸ਼ਾ ਮੌਕੇ 'ਤੇ ਦਿੱਤਾ ਜਾਊ ਵਿਦਿਆਰਥੀਆਂ ਨੂੰ। ਸੋ ਵਿਦਿਆਰਥੀਆਂ ਦੀ ਕਿਸਮਤ 'ਚ ਜਿਹੜਾ ਵਿਸ਼ਾ ਹੋਊ ਉਹ ਆਊ। ਦੈਨ ਵਾਟ? ਓਹੋ ਮੈਡਮ ਜੀ, ਫਿਕਰ ਨਾਟ, ਤਾਂ ਗੱਲ ਸਾਰੀ ਇੱਥੇ ਹੀ ਸਾਫ਼ ਹੋ ਜਾਂਦੀ ਹੈ ਕਿ ਸਟੂਡੈਂਟਸ ਨੂੰ ਉਹਨਾਂ ਦੀ ਕਿਸਮਤ ਦੇ ਹਿਸਾਬ ਨਾਲ ਵਿਸ਼ੇ ਮਿਲਣਗੇ। ਤੁਸੀਂ ਫਿਕਰ ਨਾ ਕਰੋ। ਸੋ ਵਾਟ ਅਬਾਊਟ ਰੂਲਸ ਐਂਡ ਰੈਗੂਲੇਸ਼ਨਸ? ਫਿਕਰ ਨਾਟ ਮੈਡਮ ਜੀ, ਬੱਚਿਆਂ ਦੇ ਮਾਨਸਿਕ ਪੱਧਰ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇਗਾ। ਸੁਖਚੈਨ ਹੈ ਨਾ? ਮਰੋ ਕੌ, ਇਹਦੀ ਵੀ ਜਨਮ ਕੁੰਡਲੀ ਹੁਣ ਕੱਢਣੀ ਪਊ। ਹੈਲੋ। ਹੈਲੋ, ਹਾਂਜੀ, ਹਾਂ ਸਿਮਰਨ। ਉਹ ਯਾਰ, ਮੇਰੇ ਬੌਸ ਦੇ ਘਰੇ ਇਸ ਸੰਡੇ ਪਾਰਟੀ ਹੈ ਤੇ ਆਪਾਂ ਨੂੰ ਸਪੈਸ਼ਲ ਇਨਵੀਟੇਸ਼ਨ ਆਇਆ। ਪਰ ਸੰਡੇ ਨੂੰ ਤਾਂ
ਓ ਜਨਾਬ ਫੋਨ ਭੁੱਲ ਗਿਆ ਆਪਣਾ। ਅੱਜ ਸੁਣਦੇ ਆ ਫਿਰ ਸਿੱਧੂ ਮੂਸੇ ਵਾਲਾ ਕੀ ਕਹਿੰਦਾ ਫਿਰ ਸੁਣੀ ਲਈ ਅੱਜ। ਹਰ ਵੇਲੇ ਸਿੱਧੂ ਮੂਸੇ ਵਾਲਾ, ਸਿੱਧੂ ਮੂਸੇ ਵਾਲਾ, ਸਿੱਧੂ ਮੂਸੇ ਵਾਲਾ। ਸਾਰੇ ਜਾਗੇ ਲਈ ਮੈਂ ਭਾਵੇਂ ਕੁਲ ਮੋਹੀਆਂ। ਹਾਂਜੀ ਪਾਲੇ, ਕਿਵੇਂ ਐ? ਠੀਕ ਐ ਚਾਚਾ। ਨੇ ਕਿਵੇਂ ਬੁਲਾਇਆ ਮੈਨੂੰ? ਉਧਰ ਮੈਡਮ ਨੇ ਬੁਲਾਇਆ ਤੈਨੂੰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਭੈਣ ਜੀ, ਕਿਵੇਂ, ਕੋਈ ਗਲਤੀ ਹੋ ਗਈ ਸਾਡੀ ਮਰੋ ਤੋਂ? ਨਹੀਂ ਨਹੀਂ ਜੀ, ਗਲਤੀ ਕੋਈ ਨਹੀਂ ਜੀ। ਦਰਅਸਲ ਐਤਵਾਰ ਨੂੰ ਮਰੂ ਨੇ ਪੰਜਾਬ ਪੱਧਰੀ ਮੁਕਾਬਲੇ 'ਚ ਬਠਿੰਡੇ ਜਾਣਾ ਅਤੇ ਉਹਦੇ ਵਾਸਤੇ ਕਿਸੇ ਨਾ ਕਿਸੇ ਪਰਿਵਾਰ ਦੇ ਮੈਂਬਰ ਨੂੰ ਉਹਦੇ ਨਾਲ ਜਾਣਾ ਪੈਣਾ। ਦੇਖੋ ਭੈਣ ਜੀ, ਮਾਂ ਤਾਂ ਇਹਦੇ ਹੈ ਨਹੀਂ ਵਿਚਾਰੀ ਦੇ, ਨਾ ਹੀ ਭਰਾ ਜੀ। ਦੋ ਹੋਰ ਭੈਣਾਂ ਵੱਡੀਆਂ, ਲੈ ਦੇ ਕੇ ਮੈਂ ਹੀ ਬਚਦਾ ਭੈਣ ਜੀ। ਸਾਡਾ ਐਤਵਾਰ ਨੂੰ ਬਹੁਤ ਔਖਾ, ਤੁਸੀਂ ਐਂ ਨਹੀਂ ਕਰ ਸਕਦੇ ਭੈਣ ਜੀ, ਕਿਸੇ ਹੋਰ ਬੱਚੇ ਨੂੰ ਭੇਜ ਦਿਓ ਇਹਦੀ ਥਾਂ 'ਤੇ, ਸਾਡੀ ਮਜਬੂਰੀ ਹੈ। ਜਾਣਾ ਤਾਂ ਜੀ ਦੇਖੋ ਮਰੋ ਨੂੰ ਹੀ ਪੈਣਾ। ਮੈਂ ਫਾਰਮ ਭਰ ਦੇਣੀ ਆ, ਤੁਸੀਂ ਐਂ ਕਰੋ ਕੋਈ ਗੱਲ ਨਹੀਂ, ਸਲਾਹ ਕਰ ਲਓ ਉਹਨਾਂ ਚਿਰ। ਠੀਕ ਹੈ ਭੈਣ ਜੀ। ਮਰੋ। ਹਾਂਜੀ ਮੈਮ। ਕੀ ਸਲਾਹ ਬਣੀ ਫਿਰ? ਉਹ ਜੀ, ਉਹ ਕਹਿੰਦੇ ਊਂ ਤਾਂ ਕੋਈ ਗੱਲ ਨਹੀਂ ਜੀ, ਪਰ ਉਹ ਦਿਹਾੜੀ ਜੀ ਦਾ ਔਖਾ ਹੋ ਜੂ। ਚਲ ਕੋਈ ਨਹੀਂ, ਤੂੰ ਫਾਰਮ ਫਿਲ ਕਰਾ, ਆਪਾਂ ਫੇਰ ਦੇਖਦੇ ਆ, ਠੀਕ ਹੈ? ਹਾਂਜੀ ਮੈਮ। ਨਾਮ? ਮਰੋ ਕੌਰ ਜੀ ਮੈਮ। ਪਿਤਾ ਦਾ ਨਾਮ ਜੀ? ਸਦਾ ਸਿੰਘ। ਸਦਾ ਸਿੰਘ। ਤੇ ਜਨਮ ਮਿਤੀ, ਡੇਟ ਆਫ ਬਰਥ ਕੀ ਹੈ? 6 ਅਕਤੂਬਰ 2006। 6 ਅਕਤੂਬਰ 2006। ਮੈਂ ਜਾਵਾਂ? ਜਸਪਾਲ ਸਰ, ਤੁਸੀਂ ਮਰੋ ਦੇ ਪਾਪਾ ਨੂੰ ਕਹਿ ਦਿਓ ਉਹਨਾਂ ਨਾਲ ਬਠਿੰਡੇ ਮੈਂ ਹੀ ਜਾਵਾਂਗੀ, ਅਤੇ ਨਾਲੇ ਉਹਨਾਂ ਨੂੰ ਪੁੱਛ ਲੈਣਾ ਜੇ ਉਹਨਾਂ ਨੂੰ ਇਤਰਾਜ਼ ਨਾ ਹੋਵੇ, ਮੈਂ ਕੱਲ੍ਹ ਸ਼ਾਮ ਮਰੋ ਨੂੰ ਆਪਣੇ ਘਰ ਲੈ ਕੇ ਜਾ ਸਕਦੀ ਹਾਂ। ਲੈ ਭੈਣ ਜੀ, ਇਹਦੇ 'ਚ ਪੁੱਛਣ ਵਾਲੀ ਗੱਲ ਕਿਹੜੀ ਹੈ? ਮਰੋ ਤੁਹਾਡੀਆਂ ਧੀਆਂ ਵਰਗੀ ਤਾਂ ਹੈ ਜੀ। ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ।
ਮੈਡਮ ਤੁਹਾਡਾ ਤਾਂ ਪਤਾ ਨਹੀਂ, ਪਰ ਇਸ ਸਮੇਂ ਮਰੋਲੀ ਤੁਹਾਡੇ ਤੋਂ ਵਧੀਆ ਸਾਥ ਕੋਈ ਹੋਰ ਨਹੀਂ ਹੋ ਸਕਦਾ। ਅੱਛਾ, ਜੇ ਸੰਯੋਗ ਬਸ ਉਸ ਕੁੜੀ ਦੀ ਡੇਟ ਆਫ ਬਰਥ ਉਹੀ ਹੈ ਜਿਸ ਦਿਨ ਅਸੀਂ ਆਪਣੀ ਧੀ ਨੂੰ ਖੋਇਆ ਸੀ, ਸਿਰਫ ਇਸੇ ਕਰਕੇ ਤੂੰ ਮੇਰੇ ਨਾਲ ਨਾ ਜਾ ਕੇ ਉਹਦੇ ਨਾਲ ਜਾਣਾ ਚਾਹੁੰਦੀ ਹੈ? ਪਰ ਗੱਲ ਇਹ ਹੈ ਕਿ ਉਹਦੇ ਨਾਲ ਜਾਣ ਵਾਲਾ ਕੋਈ ਨਹੀਂ। ਜੇ ਉਹਦੇ ਨਾਲ ਜਾਣ ਵਾਲਾ ਕੋਈ ਨਹੀਂ, ਤੈਨੂੰ ਠੇਕਾ ਲਿਆ ਉਹਦੇ ਨਾਲ ਜਾਣ ਦਾ? ਦੀਪ ਯਾਰ, ਕਿਸੇ ਨੂੰ ਤਾਂ ਠੇਕਾ ਲੈਣਾ ਪੈਣਾ ਨਾ। ਨਾਲੇ ਮੈਨੂੰ ਇਹ ਦੱਸਿਓ, ਜੇ ਭਲਾ ਉਹਦੀ ਥਾਂ 'ਤੇ ਸਾਡੀ ਆਪਣੀ ਧੀ ਹੁੰਦੀ, ਫਿਰ ਵੀ ਇਹੀ ਸ਼ਬਦ ਰਹਿਣੇ ਸੀ ਤੁਹਾਡੇ? ਉਹ ਸਿੱਧੂ ਬਾਈ, ਉਹ ਸਿੱਧੂ, ਉਹ ਬਚਾ ਲਓ ਇਸ ਜਨਾਨੀ ਤੋਂ। ਸਾਰੇ ਜਾਗੇ ਲਈ ਮੈਂ ਪਾਵੇਂ ਕੁਲ ਮੋਹੀਆਂ, ਸਾਰੇ ਜਾਗੇ ਲਈ ਮੈਂ ਪਾਵੇਂ ਕੁਲ ਮੋਹੀਆਂ, ਪਰ ਬਾਪੂ ਦੀ ਮੈਂ ਕਲੀ ਖੁਸ਼ਬੋਈਆਂ, ਪਰ ਬਾਪੂ ਦੀ ਮੈਂ ਕਲੀ ਖੁਸ਼ਬੋਈਆਂ। ਕਿਸੇ ਕਿਹਾ ਕੇ ਪੱਥਰ ਮੱਥੇ ਵਜਿਆ, ਕਿਸੇ ਕਿਹਾ ਕੇ ਪੱਥਰ ਮੱਥੇ ਵਜਿਆ, ਵੱਲ ਪਲ ਅੰਦਰ ਘੁੱਟ ਘੁੱਟ ਕੇ ਮਰੀ ਜਾ ਰਹੇ ਹੋ, ਦਰਦ ਨੂੰ ਅੱਖਾਂ ਥਾਣੀ ਬਾਹਰ ਵੀ ਨਹੀਂ ਆਉਣ ਦਿੰਦੇ। ਮੈਂ ਕੀ ਕਰਾਂ ਸਿਮਰਨ, ਤੂੰ ਹੀ ਦੱਸ ਮੈਂ ਕੀ ਕਰਾਂ। ਅਸੀਂ ਐਸਾ ਕੀ ਗੁਨਾਹ ਕੀਤਾ ਸੀ ਕਿ ਰੱਬ ਨੇ, ਕਿ ਸਾਡੀ ਧੀ ਨੂੰ ਰੱਬ ਨੇ ਹੱਥਾਂ 'ਚ ਆਉਣ ਤੋਂ ਪਹਿਲਾਂ ਹੀ ਖੋਲਿਆ। ਉਹ ਮਾਸੂਮ ਜਿਹਾ ਚਿਹਰਾ ਮੈਨੂੰ ਕਦੇ ਨਹੀਂ ਭੁੱਲਦਾ ਸਿਮਰਨ, ਉਹ ਮਾਸੂਮ ਜਿਹਾ ਚਿਹਰਾ ਮੈਨੂੰ ਕਦੇ ਨਹੀਂ ਭੁੱਲਦਾ। ਹੇ ਸੱਚੇ ਪਾਤਸ਼ਾਹ, ਮਿਹਰ ਕਰਿੰਦਾ ਤੇ। ਹਾਂਜੀ ਡਾਕਟਰ ਸਾਹਿਬ, ਸਿਮਰਨ ਹੁਣ ਖਤਰੇ ਤੋਂ ਬਾਹਰ ਹੈ, ਪਰ ਮਾਫ ਕਰਨਾ, ਅਸੀਂ ਤੁਹਾਡੀ ਬੇਟੀ ਨੂੰ ਬਚਾ ਨਹੀਂ ਪਾਏ। ਮੇਰੀ ਬੇਟੀ? ਬੜੇ ਦੁੱਖ ਦੀ ਗੱਲ ਇਹ ਹੈ ਕਿ ਸਿਮਰਨ ਹੁਣ ਕਦੇ ਮਾਂ ਨਹੀਂ ਬਣ ਸਕਦੀ। ਤੈਨੂੰ ਪਤਾ ਮੈਂ ਇਹਨਾਂ ਹੱਥਾਂ ਦੇ ਨਾਲ ਉਹਨੂੰ ਵਿਦਾ ਕੀਤਾ ਸੀ, ਇਹਨਾਂ ਹੱਥਾਂ ਦੇ ਨਾਲ। ਬੜੀ ਪਿਆਰੀ ਸੀ ਉਹ ਬਹੂ ਤੇਰੇ ਵਰਗੀ। ਸਿਮਰਨ, ਅਸੀਂ ਪਲ ਪਲ ਕਰਕੇ ਜ਼ਿੰਦਗੀ ਕੱਟ ਕਰ ਰਹੇ ਹਾਂ। ਜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਹੀ ਮਰਜ਼ੀ ਹੈ, ਭਾਵੇਂ ਇੱਕ ਦਿਨ ਲਈ ਜ਼ਿੰਦਗੀ ਜੀਣੀ, ਅਸੀਂ ਜਿਉਵਾਂਗੇ ਜ਼ਰੂਰ। ਮਰੋ ਕੱਲ ਨੂੰ ਕਿੰਨੇ ਵਜੇ ਆ ਰਹੀ ਹੈ? Ha ha ha!
ਬਸ ਸਿਮਰਨ ਬਸ, ਜ਼ਿੰਦਗੀ ਜਿਉਣ ਲਈ ਖੰਜੂਆਂ ਦੀ ਨਹੀਂ ਹਾਸਿਆਂ ਦੀ ਲੋੜ ਹੁੰਦੀ ਹੈ। ਅੱਛਾ ਚੱਲ ਮੇਰੇ ਨਾਲ ਵਾਅਦਾ ਕਰ, ਜਿੰਨਾ ਚਿਰ ਮਰੋ ਸਾਡੇ ਕੋਲ ਰਹੂਗੀ ਨਾ ਤੂੰ ਇੱਕ ਅੱਥਰੂ ਵੀ ਆਪਣੀ ਅੱਖ ਦੇ ਵਿੱਚ ਨਹੀਂ ਲਿਆਉਣਾ। ਪ੍ਰੋਮਿਸ? ਉਹ ਪ੍ਰੋਮਿਸ। ਮਾਮ ਬੈਠ ਜਾ। ਆ ਜਾ। ਚਲੀਏ। ਨਾ ਲੱਗਦੇ ਪੈਰ ਅੜੇ ਅੱਜ ਅੰਬਰ ਨੀਵੇਂ ਲੱਗਦੇ ਨੇ, ਫਿਰ ਵਗਣ ਹਵਾਵਾਂ ਰੁਮਕਦੀਆਂ ਜਿਵੇਂ ਚੋਤਰਾਂ ਦੇ ਵਗਦੇ ਨੇ। ਮੇਰੇ ਮਨ ਦੇ ਖੁੱਬ ਹਨੇਰੇ ਵਿੱਚ ਕੋਈ ਦੀਪ ਅਜਬ ਜਿਹਾ ਜਗਦਾ ਆਇਆ, ਅਰਸੇ ਪਿੱਛੋਂ ਅੱਜ ਮੈਨੂੰ ਸਭ ਚੰਗਾ ਚੰਗਾ ਲੱਗਦਾ ਹੈ। ਬਾਰਿਸ਼ਾਲਾ ਖੈਰ ਕਰੇ ਸਭ ਚੰਗਾ ਚੰਗਾ ਲੱਗਦਾ ਆ। ਅੱਜ ਭੈਣ ਫੁਹਾਰਾਂ ਸੌਣ ਦੀਆਂ ਥਰ ਗਈਆਂ ਹਾੜ ਦੀਆਂ ਲੋਆਂ ਨੇ, ਮੇਰੇ ਸਾਹੀਂ ਚੰਬਾ ਖਿੜਿਆ ਏ ਤੇ ਅੰਗ ਅੰਗ ਵਿੱਚ ਖੁਸ਼ਬੂਆਂ ਨੇ। ਅੱਜ ਰੌਣਕ ਪਾਤੀ ਮੁਖੜੇ ਤੇ ਹੋ ਬੋਰਡ ਪੜ੍ਹ ਕੇ ਆਈ। Who is this? ਡਰੈਸ ਸੇ ਤੋ ਤੇਰੀ ਕੰਪੀਟੀਟਰ ਲੱਗ ਰਹੀ ਹੈ। ਮਾਈ ਕੰਪੀਟੀਟਰ? ਮਾਈ ਫੁੱਟ। ਐਕਸਕਿਊਜ਼ ਮੀ, ਆਰ ਯੂ ਡੈਡ ਕੌਰ? ਆਈ ਮੀਨ ਮਰੋ ਕੌਰ ਫਰੋਮ ਗਵਰਨਮੈਂਟ ਸੀਨੀਅਰ ਸਕੂਲ ਬਲਾ 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 ਮਾਨਸਾ। ਆਹੋ ਵਿਚਾਰਾ ਸਰਕਾਰੀ ਸਕੂਲ, ਆਵਾਜ਼ ਤਾਂ ਇੱਥੇ ਨਿਕਲਦੀ, ਪਤਾ ਨਹੀਂ ਸਟੇਜ 'ਤੇ ਕੀ ਹਾਲ ਹੋਣੇ। ਬਲੌਸਮਸ, ਵਟ ਆਰ ਯੂ ਡੂਇੰਗ ਹੇਅਰ? ਗੋ ਟੂ ਦਾ ਹਾਲ। ਮਰੋ ਕੌਰ, ਐਮ ਆਈ ਰਾਈਟ? ਨਾਲ ਕੌਣ ਆਇਆ? ਜੀ ਮੈਮ, ਮੈਂ। ਸਤਿ ਸ਼੍ਰੀ ਅਕਾਲ ਜੀ। ਵਿਨਰਿਸ,
ਮੋਨਿਕਾ ਗਰੋਵਰ, ਰਨਰਅਪ ਸਿਮਰਨਦੀਪ ਕੌਰ, ਗੌਰਮੈਂਟ ਕਾਲਜ ਬਰਨਾਲਾ। ਹੁਣ ਤਾਂ ਸਮਝ ਹੀ ਗਈ ਹੋਵੇਗੀ, ਇੰਗਲਿਸ਼ ਦਾ ਮੁਕਾਬਲਾ ਤੇਰੀ ਪੰਜਾਬੀ ਤੋਂ ਨਹੀਂ ਹੋਣਾ। ਵੈਸੇ ਵੀ ਡਿਬੇਟਸ ਲਈ ਇੰਗਲਿਸ਼ ਹੀ ਹੁੰਦੀ ਹੈ, ਪੰਜਾਬੀ ਵਿੱਚ ਤਾਂ ਗਾਲਾਂ ਹੀ ਦਿੱਤੀਆਂ ਜਾ ਸਕਦੀਆਂ ਨੇ। ਓ ਮਿਸ ਪੰਜਾਬਨ ਸਿਮਰਨਦੀਪ ਕੌਰ, ਫਰਕ ਦਿਖ ਰਿਹਾ ਨਾ ਇੰਗਲਿਸ਼ ਤੇ ਪੰਜਾਬੀ ਸਕੂਲ ਦਾ? ਮੈਂ ਇਸ ਐਮਪਾਇਰ ਦੀ ਮਾਲਕ ਹਾਂ ਤੇ ਤੂੰ ਇੱਕ ਮਾਮੂਲੀ ਜਿਹੀ ਪੰਜਾਬੀ ਅਧਿਆਪਕ। ਵੈਸੇ ਕੀ ਸੋਚ ਕੇ ਆਏ ਹੋ ਕੰਪੀਟੀਸ਼ਨ 'ਚ? ਯੂ ਨੋ ਇੱਥੇ ਪੂਰੇ ਪੰਜਾਬ ਦੀ ਕਰੀਮ ਨਿੱਤਰ ਕੇ ਆਈ ਹੈ, ਤੁਸੀਂ ਲੱਸੀ 'ਚ ਖੋਆ ਮਾਰਨ ਨੂੰ ਫਿਰਦੇ ਹੋ। ਵੈਸੇ ਫ੍ਰੀ 'ਚ ਐਡਵਾਈਸ ਦਿਆਂ, ਬੇਇੱਜ਼ਤ ਹੋਣ ਨਾਲੋਂ ਚੰਗਾ ਹੈ ਆਪਣੀ ਐਬਸੈਂਟ ਮਾਰਕ ਕਰਵਾ ਲਵੋ। ਤਾਂ ਤਾਂ ਫਿਰ ਉਹੀ ਹਾਲ ਹੋਣਾ ਹੈ ਜੋ ਕਾਲਜ ਟਾਈਮ ਤੇਰਾ ਹੋਇਆ ਸੀ। ਸਲਾਹ ਨੇਕ ਹੈ, ਪਰ ਜੇ ਆਪਣੇ ਆਪ ਤੇ ਲਾਗੂ ਕਰ ਲਓ ਨਾ ਤਾਂ ਜ਼ਿਆਦਾ ਚੰਗਾ ਰਹੇਗਾ। ਵੈਸੇ ਇੱਕ ਗੱਲ ਹੋਰ, ਜਦੋਂ ਮੱਖਣ ਤੇ ਕਰੀਮਾਂ ਪੇਟ ਦਾ ਹਾਜ਼ਮਾ ਖਰਾਬ ਕਰ ਦਿੰਦੀਆਂ ਨੇ ਨਾ, ਤਰਨ ਟਿਕਾਣੇ ਤਾਂ ਜਨਾਬ ਲੱਸੀ ਨਾਲ ਹੀ ਆਉਂਦੀ ਹੈ। ਬਾਕੀ ਮਿਲਦੇ ਹਾਂ ਸਟੇਜ ਤੇ। ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ DGSE ਪੰਜਾਬ, ਚੇਅਰਪਰਸਨ ਫਰੈਂਕਫਰਟ ਇੰਟਰਨੈਸ਼ਨਲ ਸਕੂਲ, ਅਧਿਆਪਕ ਅਤੇ ਮੇਰੇ ਪਿਆਰੇ ਵਿਦਿਆਰਥੀਓ, ਪੰਜਾਬ ਲੈਵਲ ਦਾ ਜੋ ਡਿਬੇਟ ਕੰਪੀਟੀਸ਼ਨ ਹੈ ਤਤਕਾਲੀ ਵਿਸ਼ੇ 'ਤੇ ਆਧਾਰਿਤ ਦੀ ਸ਼ੁਰੂਆਤ ਕਰਨ ਲੱਗੇ ਹਾਂ, ਜਿਵੇਂ ਕਿ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਹੀ ਜ਼ਿਲ੍ਹੇ ਭਾਗ ਲੈ ਰਹੇ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਟੇਜ ਦੇ ਉੱਪਰ ਜੋ ਡੱਬਾ ਪਿਆ ਉਸ ਉੱਪਰ ਕੁਝ ਕੁ ਵਿਸ਼ੇ ਲਿਖੇ ਹੋਏ ਨੇ। ਜੋ ਬੱਚਾ ਇੱਥੇ ਆਏਗਾ ਉਸ ਬਾਕਸ ਦੇ ਵਿੱਚੋਂ ਇੱਕ ਪਰਚੀ ਚੁੱਕੇਗਾ ਅਤੇ ਉਸ ਵਿਸ਼ੇ 'ਤੇ 3 ਮਿੰਟ ਦੇ ਲਈ ਆਪਣੇ ਵਿਚਾਰ ਦੇਵੇਗਾ। ਸੋ ਜੱਜ ਸਾਹਿਬਾਨ ਤਿਆਰ ਨੇ, ਮੁਕਾਬਲੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸੇਂਟ ਜੌਨ ਇੰਗਲਿਸ਼ ਸਕੂਲ ਦੀ ਵਿਦਿਆਰਥਣ ਸੋਨੀਆ ਸਚਦੇਵਾ ਤੋਂ। ਸੋਨੀਆ ਸਚਦੇਵਾ, ਰੋਕੀ 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 ਮਾੜਾ ਜਿਹਾ। ਉਹ ਆਪਣੇ ਪਿੰਡ ਵਾਲੇ ਜਸਪਾਲ ਮਾਸਟਰ ਨੇ ਦੱਸਿਆ ਸੀਗਾ ਕਿ ਉਹ ਮਰੋ ਦਾ ਪ੍ਰੋਗਰਾਮ ਚੱਲੀ ਜਾਂਦਾ ਯਾਰ। ਪਰ ਯਾਰ ਮੈਨੂੰ ਤਾਂ ਲੱਖੇ ਨੇ ਦੱਸਿਆ ਨਹੀਂ ਯਾਰ। ਚੱਲ ਮੈਂ ਤੈਨੂੰ ਵਟਸਐਪ 'ਤੇ ਲਿੰਕ ਭੇਜ ਦਾਂਗਾ। ਚੱਲ ਮੈਂ ਕਰਦਾ ਲੱਖੇ ਨਾਲ ਗੱਲ। ਮੇਰਾ ਭਾਰਤ ਦੇਸ਼, ਮੇਰਾ ਭਾਰਤ ਦੇਸ਼ ਗੁਰੂਆਂ ਦੀ ਪੀਰਾਂ ਦੀ ਧਰਤੀ ਹੈ। ਇਹ ਮਹਾਨ ਦੇਸ਼ ਹੈ, ਇੱਥੇ ਕਈ ਤਰ੍ਹਾਂ ਦੀਆਂ ਫਸਲਾਂ ਉਗਦੀਆਂ ਹਨ ਅਤੇ ਇੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ। ਯਸ਼ਿਕਾ, ਮਾਈ ਨੇਮ ਇਜ਼ ਯਸ਼ਿਕਾ। ਅਮਾਨ ਤਵੀਰ, ਮਾਈ ਨੇਮ ਇਜ਼ ਅਮਨਪ੍ਰੀਤ ਕੌਰ, ਆਈ ਸਟੱਡੀ ਇਨ ਸੇਂਟ ਫਰਾਂਸਿਸ ਕਨਵੈਂਟ ਸਕੂਲ ਇਨ 6th ਸਟੈਂਡਰਡ। ਅਗਲੀ ਪ੍ਰਤੀਯੋਗੀ ਬਹੁਤ ਪ੍ਰਭਾਵਸ਼ਾਲੀ ਹੈ,
ਜੋ ਕਿ ਬਠਿੰਡਾ ਜ਼ਿਲ੍ਹੇ ਦੇ ਬੜੇ ਸਖ਼ਤ ਮੁਕਾਬਲੇ ਵਿੱਚੋਂ ਅਵਲ ਆਈ ਹੈ। ਜ਼ੋਰਦਾਰ ਤਾੜੀਆਂ ਦੇ ਨਾਲ ਬਲੌਸਮ ਗਰੋਵਰ ਫਰੋਮ ਫਰੈਂਕਫਰਟ ਇੰਟਰਨੈਸ਼ਨਲ ਸਕੂਲ, ਬਲੌਸਮ ਗਰੋਵਰ। ਨਾ ਸ਼ੇਰਾ, ਸਾਰੀ ਚੀਜ਼ ਆ ਜਾਂਦੀ ਹੈ ਇਹਦੇ 'ਚ। ਚਾਚਾ, ਜੋ ਆਪਾਂ ਸੋਚ ਵੀ ਨਹੀਂ ਸਕਦੇ ਨਾ, ਉਹ ਵੀ ਆ ਜਾਂਦਾ ਇਹਦੇ 'ਚ। ਤੂੰ ਦੱਸ ਕੀ ਦੇਖਣਾ? ਭਲਾ ਵੇਖ ਕੇ ਦੱਸੀ ਖਾਂ ਆਪਣੀ ਮਰੋ ਕੀ ਕਰਦੀ ਪਈ ਹੈ। ਚਾਚਾ, ਮੋਬਾਈਲ ਹੈ, ਨਾਰਦਮਣੀ ਥੋੜ੍ਹੀ ਹੈ ਜਿਹੜੇ ਸਾਰਿਆਂ ਦੀ ਵਿੜਕ ਰੱਖੂ। ਪਰ ਲੱਖਿਆ, ਵਿੜਕ ਤਾਂ ਚਾਚੇ ਨੇ ਨਹੀਂ ਪਹਿਨ ਦਿੱਤੀ ਅੱਜ। ਮਰੋ ਪੰਜਾਬ ਪੱਧਰ ਤੋਂ ਮਾਨਸਾ ਜ਼ਿਲ੍ਹੇ ਵੱਲੋਂ ਬੋਲ ਰਹੀ ਅੱਜ। ਚਾਚਾ, ਕੀ ਸੱਚ ਹੈ? ਸਕੂਲ ਵਾਲਿਆਂ ਨੇ ਉਹਦੇ ਤੈਨੂੰ ਤਾਂ ਹੀ ਬੁਲਾਇਆ ਸੀ? ਹਾਂ ਸ਼ੇਰਾ, ਬੁਲਾਇਆ ਤਾਂ ਹੀ ਸੀ। ਆਪਾਂ ਸਪਰੇਅ ਕਰਨੀ ਸੀ ਨਾ, ਬਸ ਦੱਸਣ ਦੀ ਹਿੰਮਤ ਜੀ ਨਹੀਂ ਪਈ। ਜਾ ਓਏ ਚਾਚਾ, ਮਰੋ ਕੱਲੀ ਤੇਰੀ ਧੀ ਹੈ, ਸਾਡੀ ਕੁਛ ਨਹੀਂ ਲੱਗਦੀ। ਕਰਤੀ ਨਾ ਬੇਗਾਨੇ ਵਾਲੀ ਗੱਲ। ਮੇਰਾ ਸਕੂਲ, ਮੇਰੇ ਸਕੂਲ ਦਾ ਨਾਮ ਫਰੈਂਕਫਰਟ ਇੰਟਰਨੈਸ਼ਨਲ ਸਕੂਲ ਹੈ। ਮੇਰੇ ਸਕੂਲ ਵਿੱਚ ਬਹੁਤ ਸਾਰੇ ਬੱਚੇ ਪੜ੍ਹਦੇ ਹਨ, ਕਿਉਂਕਿ ਇੱਥੇ ਅਧਿਆਪਕ ਬਹੁਤ ਅੱਛੇ ਹਨ। ਮੇਰਾ ਸਕੂਲ ਹਮੇਸ਼ਾ ਜ਼ਿਲ੍ਹੇ ਵਿੱਚੋਂ ਫਸਟ ਆਉਂਦਾ ਹੈ, ਉਹ ਚਾਹੇ ਸਟੱਡੀ ਵਿੱਚੋਂ ਹੋਵੇ, ਖੇਡ ਵਿੱਚੋਂ ਜਾਂ ਹੋਰ ਕੋਈ ਐਕਟੀਵਿਟੀਜ਼। ਮੈਨੂੰ ਮੇਰੇ ਸਕੂਲ 'ਤੇ ਮਾਣ ਹੈ, ਕਿਉਂਕਿ ਮੈਂ ਇਸ ਇੰਪਾਇਰ ਦਾ ਹਿੱਸਾ ਹਾਂ, ਜਿਸ ਦਾ ਹਿੱਸਾ ਬਣਨਾ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ। ਥੈਂਕ ਯੂ। ਸ਼ਾਬਾਸ਼ ਬੱਚੇ, ਵੈਲ ਡਨ। ਹੁਣ ਮੈਂ ਸੱਦਾ ਦੇਣ ਜਾ ਰਹੇ ਹਾਂ ਇਸ ਮੁਕਾਬਲੇ ਦੀ ਆਖਰੀ ਪ੍ਰਤੀਯੋਗੀ ਮਰੋ ਕੌਰ ਹੈ ਕੋਈ? ਉਹ ਛੱਡੋ ਛੱਡੋ, ਆ ਦੇਖ ਯਾਰ, ਲਿੰਕ ਖੁੱਲ ਗਿਆ, ਪ੍ਰੋਗਰਾਮ ਚੱਲੀ ਜਾਂਦਾ ਹਲੇ। ਮਰੋ ਕੌਰ ਹੈ ਕੋਈ? ਸਰਕਾਰੀ ਦੀਵਾਰੀ ਵਿਚਾਰੀ ਡੈਡ ਕਾਰ। ਮਰੋ ਪੁੱਤਰ, ਲੈ ਇਹ ਤਾਂ ਸਾਰਿਆਂ ਦੀਆਂ ਮਾਵਾਂ ਹੀ ਲਾ ਕੇ ਭੇਜਦੀਆਂ ਨੇ ਕਿ ਉਹਨਾਂ ਦੇ ਜਵਾਕਾਂ ਨੂੰ ਕੋਈ ਨਜ਼ਰ ਹੀ ਨਾ ਲਾ ਦੇ। ਲਿਓ ਬੇਟੇ, ਮੈਂ ਖੋਲਾ। ਸਰਕਾਰੀ ਸਕੂਲ ਦਾ ਬੱਚਾ ਫਸਟ ਤੱਕ ਹੀ ਪਹਿਲੀਆਂ 5 ਪੋਜੀਸ਼ਨਸ ਵਿੱਚ ਗਿਆ, ਤੇ ਸਭ ਕਿਵੇਂ ਕਰਨਾ ਹੈ ਉਹ ਤੁਸੀਂ ਵੇਖ ਲਓ। ਮਾਂ, ਮੇਰੀ ਮਾਂ, ਸਮਝ ਨਹੀਂ ਆ ਰਿਹਾ ਕਿ ਬੋਲਾਂ ਮਾਂ ਬਾਰੇ, ਕਿਉਂਕਿ ਮੇਰੇ ਕੋਲ ਉਹਨੇ ਸ਼ਬਦ ਨਹੀਂ ਜਿੰਨੇ ਮਾਂ ਵਿੱਚ ਗੁਣ ਨੇ। ਕਹਿੰਦੇ ਨੇ ਮਾਂ ਰੱਬ ਦਾ ਰੂਪ ਹੁੰਦੀ ਹੈ, ਪਰ ਮੈਂ ਤਾਂ ਰੱਬ ਵੇਖਿਆ ਹੀ ਨਹੀਂ, ਵੇਖਾਂ ਵੀ ਕਿਵੇਂ?
ਮੈਂ ਤਾਂ ਮਾਈ ਨਹੀਂ ਵੇਖੀ। ਸਾਰੇ ਕਹਿੰਦੇ ਆ ਕਿ ਜਦ ਮੈਂ ਜੰਮੀ ਸੀ ਤਾਂ ਮਾਂ ਮਰ ਗਈ। ਤਾਂ ਹੀ ਤਾਂ ਮੇਰਾ ਨਾਮ ਮਰੂ ਕੌਰ ਹੈ ਅਤੇ ਕੱਚਾ ਨਾਮ ਕਲੈਣੀ। ਪਤਾ ਮੈਨੂੰ ਕਦੇ ਇਹਨਾਂ ਨਾਮਾਂ ਨਾਲ ਕੋਈ ਫਰਕ ਜਾਣ ਪਿਆ, ਪਰ ਇੰਨਾ ਕੁ ਪਤਾ ਚੱਲ ਗਿਆ ਕਿ ਜੇ ਮਾਂ ਹੁੰਦੀ ਤਾਂ ਮੇਰਾ ਨਾਮ ਵੀ ਖੁਸ਼ਬੂ ਹੋਣਾ ਸੀ। ਅਤੇ ਜੇ ਮੈਂ ਆਪਣੀ ਦੋਨਾਂ ਭੈਣਾਂ ਤੋਂ ਬਾਅਦ ਮੁੰਡਾ ਬਣ ਕੇ ਜਨਮ ਲਿਆ ਹੁੰਦਾ ਤਾਂ ਸ਼ਾਇਦ ਮੇਰਾ ਨਾਮ ਵੀ ਜੀਵਨ ਸਿੰਘ ਹੁੰਦਾ। ਪਤਾ ਮੈਨੂੰ ਐਵੇਂ ਲੱਗਦਾ ਕਿ ਜਦੋਂ ਮਾਂ ਘੁੱਟ ਕੇ ਕਲਾਂ ਵਿੱਚ ਲੈਂਦੀ ਹੁੰਦੀ ਨਾ ਤਾਂ ਬੰਦਾ ਪਹਿਲਾਂ ਨਾਲੋਂ ਵੱਧ ਤਗੜਾ ਹੋ ਜਾਂਦਾ ਹੁੰਦਾ। ਭਾਵੇਂ ਮੈਂ ਮਾਂ ਨੂੰ ਕਦੇ ਨਹੀਂ ਵੇਖਿਆ, ਪਰ ਮੈਂ ਉਹਦੇ ਕਲਾਵੇ ਦੇ ਨਿੱਘ ਨੂੰ ਮਾਨਿਆ, ਉਹਦੇ ਕੰਨ ਪਿੱਛੇ ਲਾਏ ਹੌਂਸਲੇ ਵਾਲੇ ਟਿੱਕੇ ਦੀ ਸ਼ਕਤੀ ਨੂੰ ਵੇਖਿਆ। ਸੱਚੀ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਮੈਂ ਮਾਂ ਨੂੰ ਕਣ ਕਣ ਵਿੱਚ ਮਹਿਸੂਸ ਕੀਤਾ। ਮੈਡਮ ਜੀ ਕਹਿੰਦੇ ਨੇ ਕਿ ਮਾਂ ਹਮੇਸ਼ਾ ਮੈਨੂੰ ਵੇਖਦੀ ਰਹਿੰਦੀ ਹੈ ਉੱਤੇ ਬੈਠ ਕੇ, ਪਰ ਅੱਜ ਮਾਂ ਨੂੰ ਬੜੀ ਖੁਸ਼ੀ ਹੋਣੀ ਹੈ ਇਹ ਜਾਣ ਕੇ ਕਿ ਮਰੂ ਨੂੰ ਸਭ ਪਤਾ ਲੱਗ ਗਿਆ ਮੇਰੇ ਬਾਰੇ। ਥੈਂਕ ਯੂ ਮਾਂ ਮੈਨੂੰ ਇੰਨਾ ਪਿਆਰ ਦੇਣ ਲਈ। ਹਾਂ ਇੱਕ ਗੱਲ ਹੋਰ ਸਰ ਜੀ, ਮਾਂ ਸਿਰਫ ਮਾਂ ਹੁੰਦੀ ਹੈ, ਤੇਰੀ ਜਾਂ ਮੇਰੀ ਨਹੀਂ ਹੁੰਦੀ, ਤੇਰੀ ਜਾਂ ਮੇਰੀ ਨਹੀਂ ਹੁੰਦੀ, ਤੇਰੀ ਜਾਂ ਮੇਰੀ ਨਹੀਂ ਹੁੰਦੀ। ਆ ਗਿਆ ਰਿਜ਼ਲਟ ਅਨਾਊਂਸਮੈਂਟ ਦਾ। ਸੋ ਮੈਂ ਬੇਨਤੀ ਕਰਦਾ ਅੱਜ ਦੇ ਮੁੱਖ ਮਹਿਮਾਨ DGSE ਪੰਜਾਬ ਸਰਦਾਰ ਸੁਖਦਰਸ਼ਨ ਸਿੰਘ ਗਿੱਲ ਨੂੰ ਕਿ ਉਹ ਸਟੇਜ 'ਤੇ ਆਉਣ, ਰਿਜ਼ਲਟ ਅਨਾਊਂਸ ਕਰਦੇ ਹੋਏ ਬੱਚਿਆਂ ਨੂੰ ਆਸ਼ੀਰਵਾਦ ਦੇਣ। ਸਰਦਾਰ ਸੁਖਦਰਸ਼ਨ ਸਿੰਘ ਗਿੱਲ, ਪੰਜਾਬ ਲੈਵਲ ਦੇ ਇਸ ਡਿਬੇਟ ਕੰਪੀਟੀਸ਼ਨ ਵਿੱਚ, ਜਿਸ ਵਿੱਚ ਪਹਿਲੀ ਵਾਰ ਪੰਜਾਬ ਦੇ ਸਾਰੇ ਹੀ ਸਰਕਾਰੀ, ਗੈਰ ਸਰਕਾਰੀ, ਨੈਸ਼ਨਲ ਅਤੇ ਇੰਟਰਨੈਸ਼ਨਲ ਸਕੂਲਾਂ ਨੇ ਭਾਗ ਲਿਆ ਹੈ। ਮੈਂ ਸਾਰੇ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜਿਨ੍ਹਾਂ ਨੇ ਇਸ ਮੁਕਾਬਲੇ ਦੇ ਅੰਤਿਮ ਪੜਾਅ ਨੂੰ ਇੰਨੀ ਸ਼ਾਨਦਾਰ, ਖੂਬਸੂਰਤ ਰੰਗ ਦਿੱਤੀ। ਸੱਚ ਦੱਸਾਂ ਤਾਂ ਅਸੀਂ ਇਹ ਸੋਚਿਆ ਨਹੀਂ ਸੀ ਕਿ ਇਸ ਮੁਕਾਬਲੇ ਦਾ ਅੰਤ ਇੰਨਾ ਸ਼ਾਨਦਾਰ ਹੋਵੇਗਾ। ਸੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਹੁਣ ਇਸ ਮੁਕਾਬਲੇ ਦੇ ਰਿਜ਼ਲਟ ਅਨਾਊਂਸ ਕਰਨ ਲੱਗੇ ਹਾਂ। ਬਲੌਸਮ ਗਰੋਵਰ, ਬਲੌਸਮ ਗਰੋਵਰ ਫਰੋਮ ਫਰੈਂਕਫਰਟ ਇੰਟਰਨੈਸ਼ਨਲ ਸਕੂਲ ਬਠਿੰਡਾ। ਇਸ ਬੱਚੀ ਨੇ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ। ਮੈਂ ਮੁਕਾਬਲੇ ਦੌਰਾਨ ਨੋਟਿਸ ਕੀਤਾ
ਇਹ ਸੁਖਚੈਨ ਸਿੰਘ ਦਾ ਆਖਰੀ ਕੰਪੀਟੀਟਰ ਨੂੰ ਬੁਲਾਉਣ ਦਾ ਤਰੀਕਾ ਬੜਾ ਹੀ ਅਜੀਬ ਸੀ। ਇਹ ਮਰੋ ਕੌਰ ਹੈ ਕੋਈ? ਪਰ ਸੁਖਚੈਨ ਸਿੰਘ ਜੀ, ਮਰੋ ਕੌਰ ਸਟੇਜ ਤੋਂ ਉੱਤਰ ਲੱਗੇ ਦੱਸ ਕੇ ਗਈ ਹੈ ਕਿ ਮਰੋ ਕੌਰ ਹੈ ਕੋਈ। ਸੋ ਫਸਟ ਪੁਜੀਸ਼ਨ ਗੋਜ਼ ਟੂ ਮਰੋ ਕੌਰ ਸੀਨੀਅਰ ਸੈਕੰਡਰੀ ਸਕੂਲ ਚਹਿਲਾਂ ਵਾਲੀ ਜ਼ਿਲ੍ਹਾ ਮਾਨਸਾ। ਮਰੋ ਕੌਰ ਬੇਟਾ ਸਟੇਜ ਤੇ ਆਓ। ਮਰੋ ਕੌਰ ਤੇ ਜਦੋਂ ਅਸੀਂ ਇੱਕੋ ਜਿਹੇ ਸੂਟ ਪਾ ਕੇ ਬਾਹਰ ਨਿਕਲੀਏ ਨਾ, ਲੋਕ ਸਾਨੂੰ ਖੜ ਖੜ ਕੇ ਵੇਖਣ। ਭੈਣ ਫੁਹਾਰਾਂ ਸੌਣ ਦੀਆਂ ਠਰ ਗਈਆਂ ਹਾੜ ਦੀਆਂ ਲੋਆਂ ਨੇ ਮੇਰੇ ਸਾਹੀਂ ਚੰਬਾ ਖਿੜਿਆ ਏ ਤੇ ਅੰਗ ਅੰਗ ਵਿੱਚ ਖੁਸ਼ਬੂਆਂ ਨੇ ਅੱਜ ਰੌਣਕ ਪਾਤੀ ਮੁਖੜੇ ਤੇ ਮੇਰੀ ਚਾਂਚਰ ਕਾਲੀ ਛਣਕਣ ਨੂੰ ਤੇ ਅੱਡੀ ਫਿਰਦੀ ਨੱਚਣ ਨੂੰ ਅੱਜ ਮੇਰਾ ਅੜਿਓ ਜੀ ਕਰਦਾ ਕਿਸੇ ਵਾਂਗ ਭਮੂਕੇ ਮੱਚਣ ਨੂੰ ਮੇਰੀ ਚਾਂਚਰ ਕਾਲੀ ਛਣਕਣ ਨੂੰ ਤੇ ਅੱਡੀ ਫਿਰਦੀ ਨੱਚਣ ਨੂੰ ਅੱਜ ਮੇਰਾ ਅੜਿਓ ਜੀ ਕਰਦਾ ਕਿਸੇ ਵਾਂਗ ਭਮੂਕੇ ਮੱਚਣ ਨੂੰ ਜੋ ਚਾਵਾਂ ਖੌਰੂ ਪਾਇਆ ਏ ਨਾ ਸ਼ੋਰ ਦਬਾਇਆ ਦਬਦਾ ਅਰਸੇ ਪਿੱਛੋਂ ਅੱਜ ਮੈਨੂੰ ਸਭ ਚੰਗਾ ਚੰਗਾ ਲੱਗਦਾ ਆ ਮੈਂ ਵਾਰੀ ਸ਼ਾਲਾ ਖੈਰ ਕਰੇ ਸਭ ਚੰਗਾ ਚੰਗਾ ਲੱਗਦਾ ਆ ਦਸ ਤੇਲ ਚੋਵਾਂ ਕੇ ਗੁੜ ਵੰਡਾ ਮਾਰੀ ਧਰਤੀ ਤੇ ਫਸਲਾਂ ਦਾ ਵਰਦਾਨ ਅੜਿਆ ਦਸ ਤੇਲ ਚੋਮਾ ਕੇ ਗੁੜ ਵੰਡਾ ਕੇ ਬੂਹੇ ਪੰਨਾ ਸ਼ਰੀ ਅੜਿਆ ਅੱਜ ਔੜਾ ਮਾਰੀ ਧਰਤੀ ਤੇ ਫਸਲਾਂ ਦਾ ਵਰਦਾਨ ਅੜਿਆ
ਛੱਡਿਆ ਕੀ ਦੱਸਾਂ ਹਾਲ ਤਨ ਹੋਇਆ ਵੇ ਜੋ ਹਾਲ ਮੇਰੀ ਰਗ ਰਗਦਾ ਆ ਇੱਕ ਅਰਸੇ ਪਿੱਛੋਂ ਅੱਜ ਮੈਨੂੰ ਸਭ ਚੰਗਾ ਚੰਗਾ ਲੱਗਦਾ ਆ ਵਾਰੀ ਸ਼ਾਲਾ ਖੈਰ ਕਰੇ ਸਭ ਚੰਗਾ ਚੰਗਾ ਲੱਗਦਾ ਆ ਵਾਰੀ ਸ਼ਾਲਾ ਖੈਰ ਕਰੇ ਸਭ ਚੰਗਾ ਚੰਗਾ